ਸਤਨਾਮ ਵਾਹਿਗੁਰੂ ਸਾਹਿਬ ਜੀ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਅੰਤ ਨ ਪਾਵਤ ਦੇਵ ਸਭੈ ਮੁਨ, ਇੰਦ੍ਰ ਮਹਾ ਸਿਵ ਜੋਗ ਕਰੀ, ਹੁਣ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨ ਛਾਡਿਓ ਏਕ ਕਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰਜੋਤ ਅਰਜੁਨ ਮਾਹਿ ਤਰੀ, ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੇ, ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੇ। ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਸਤਿਗੁਰਾਂ ਦੀ ਬਖਸ਼ਿਸ਼ ਨਾਲ ਨਿਵਾਜੀ ਪਾਵਨ ਇਤਿਹਾਸਕ ਧਰਤੀ, ਪਾਵਨ ਗੁਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸੱਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਸਤਿਕਾਰਯੋਗ ਸਾਧ ਸੰਗਤ, ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸਾਨੂੰ ਸਾਰਿਆਂ ਨੂੰ ਹੀ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਜਿੱਥੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ। ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਬੇਅੰਤ ਸੰਗਤਾਂ ਨੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਪਾਠ ਅਤੇ ਕੀਰਤਨ ਸਰਵਣ ਕੀਤਾ ਹੈ। ਦੇਸ਼ ਵਿਦੇਸ਼ ਤੋਂ ਆਪ ਸਾਰੀ ਸੰਗਤ ਮੀਡੀਆ ਚੈਨਲਾਂ ਦੇ ਰਾਹੀਂ ਹਾਜ਼ਰੀਆਂ ਲਵਾ ਰਹੇ ਹੋ। ਰੱਬੀ ਬਾਣੀ ਦੇ ਕੀਰਤਨ ਤੋਂ ਉਪਰੰਤ ਹੁਣ ਸਮਾਂ ਹੈ ਜੋ ਰੋਜ਼ਾਨਾ ਦੇ ਨੇਮ ਦੇ ਮੁਤਾਬਕ
ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਗੁਰ ਸ਼ਬਦ ਵਿਚਾਰ ਆਪ ਸਾਰੀ ਸੰਗਤ ਰਲ ਮਿਲ ਕੇ ਕਰ ਦਿਓ। ਬੁਲਾਰਾ ਭਾਵੇਂ ਇੱਕ ਬੋਲਦਾ ਹੈ ਪਰ ਸਰਵਣ ਕਰਦਿਆਂ ਆਪ ਸਾਰੀ ਸੰਗਤ ਨਾਲ ਸਾਂਝ ਪਾਉਂਦੇ। ਜੋ ਪਾਵਨ ਸ਼ਬਦ ਸਤਿਗੁਰਾਂ ਦੀ ਬਾਣੀ ਵਿੱਚੋਂ ਵਿਚਾਰ ਕਰਨ ਵਾਸਤੇ ਅੱਜ ਸਤਿਗੁਰੂ ਦੀ ਗੋਦ ਵਿੱਚ ਆਪ ਸਾਰੇ ਹਾਜ਼ਰੀ ਭਰ ਰਹੇ ਹੋ, ਉਸਦਾ ਮੂਲ ਪਾਠ ਮਾਨਯੋਗ ਗਿਆਨੀ ਜੀ ਹੋਣਾ ਪਾਸੋਂ ਆਪ ਜੀ ਨੇ ਬੜੀ ਹੀ ਭਾਵਨਾ ਦੇ ਤਹਿਤ ਸਰਵਣ ਕੀਤਾ ਹੈ। ਜੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਜਿੱਥੇ ਨਿਤਨੇਮ ਦੀਆਂ ਬਾਣੀਆਂ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਭਾਵਨਾ ਨਾਲ ਪੜ੍ਹਦਾ ਹੈ, ਇਸ ਤੋਂ ਇਲਾਵਾ ਜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਸਭ ਤੋਂ ਵੱਧ ਭਾਵਨਾ ਨਾਲ ਸਿੱਖ ਸੰਗਤਾਂ ਬਾਣੀ ਦਾ ਪਾਠ ਕਰਦੀਆਂ ਨੇ, ਉਹ ਸ਼੍ਰੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਹੈ। ਬੁਲਾਰੇ ਨਾਲੋਂ ਵੱਧ ਸੰਗਤਾਂ ਨੂੰ ਇੱਥੇ ਬਾਣੀ ਇਹ ਚੰਗੀ ਤਰ੍ਹਾਂ ਕੰਠ ਹੈ। ਸੁਖੈਨ ਭਾਸ਼ਾ ਵਿੱਚ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਾਵਨ ਬਾਣੀ ਉਚਾਰੀ ਹੈ ਅਤੇ ਆਮ ਸੰਗਤਾਂ ਸ਼ਰਧਾ ਅਤੇ ਭਾਵਨਾ ਨਾਲ ਜਦੋਂ ਇਹ ਬਾਣੀ ਪੜ੍ਹਦੀਆਂ ਨੇ, ਜਿਵੇਂ ਰਾਤ ਵੀ ਸਿੰਘ ਸਾਹਿਬ ਜੀ ਕਥਾ ਦੇ ਰਾਹੀਂ ਇੱਕ ਸਾਂਝ ਪਾ ਗਏ ਨੇ ਕਿ ਵਜ਼ੀਰ ਖਾਂ ਜਿਹੜਾ ਲਾਹੌਰ ਦਾ ਕਦੀ ਹਾਕਮ ਰਿਹਾ, ਇੱਕ ਵਜ਼ੀਰ ਖਾਂ ਜਿਹਦਾ ਜ਼ਿਕਰ ਸਰਹੰਦ ਦੀ ਧਰਤੀ ਨਾਲ ਜੁੜਿਆ ਹੈ, ਨਾਮ ਸੁਣਦਿਆਂ ਹੀ ਮਨ ਵਿੱਚ ਰੋਸ ਦੀ ਭਾਵਨਾ ਹਰ ਸਿੱਖ ਦੇ ਅੰਦਰ ਪੈਦਾ ਹੋ ਜਾਂਦੀ ਹੈ। ਪਰ ਦੂਸਰੇ ਪਾਸੇ ਇੱਕ ਵਜ਼ੀਰ ਖਾਨ ਗੁਰੂ ਕਾ ਸਿੱਖ ਵੀ ਹੋਇਆ ਹੈ, ਨਾਮ ਕਰਕੇ ਹੀ ਵਜ਼ੀਰ ਖਾਨ ਹੈ, ਪਰ ਜਦੋਂ ਭਾਵਨਾ ਨਾਲ ਸਤਿਗੁਰਾਂ ਦੀ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੀ ਇਹ ਪਾਠ ਦੀ ਆਵਾਜ਼ ਜੋ ਸਿੱਖ ਪਾਠ ਕਰਦਾ ਹੋਇਆ ਜਾਂਦਾ ਹੈ ਅਤੇ ਕੰਨਾਂ ਨਾਲ ਇਹ ਸਰਵਣ ਕਰਦਾ ਹੈ। ਇੱਕ ਜਲੋਧਰ ਦਾ ਰੋਗ ਸੀ ਜਿਹਦੇ ਬਾਰੇ ਵੈਦ ਕਹਿੰਦੇ ਸੀ ਤੇਰਾ ਇਲਾਜ ਨਹੀਂ ਹੋ ਸਕਦਾ, ਪਰ ਜਿਉਂ ਜਿਉਂ ਅੰਮ੍ਰਿਤਮਈ ਬਾਣੀ ਇਹ ਕੰਨਾਂ ਰਾਹੀਂ ਹਿਰਦੇ ਤੱਕ ਪਹੁੰਚਦੀ ਹੈ, ਮਨ ਨੂੰ ਇੱਕ ਠੰਡ ਪੈਂਦੀ ਹੈ। ਜਿਹੜੇ ਬਚਨ ਆਪ ਜੀ ਨਿੱਤ ਹੀ ਗੁਰੂ ਕੀ ਗੋਦ ਵਿੱਚ ਪੜ੍ਹਦੇ ਹੋ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹ ਬਾਣੀ ਦੇ ਸੰਬੰਧ ਵਿੱਚ ਅਨੇਕਾਂ ਗਾਥਾਵਾਂ ਨੇ, ਅਨੇਕਾਂ ਸਾਖੀਆਂ ਆਪ ਜੀ ਨਿੱਤ ਸਰਵਣ ਕਰਦੇ ਹੋ। ਆਓ ਸਤਿਗੁਰਾਂ ਦੇ ਚਰਨਾਂ ਵਿੱਚ ਜਿੱਥੇ ਹਾਜ਼ਰੀ ਭਰ ਰਹੇ ਹਾਂ, ਜੋ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਉਸੇ ਸ਼ਬਦ ਦੀ ਵਿਚਾਰ ਦੇ ਰਾਹੀਂ ਸਾਂਝ ਪਾਉਣ ਦਾ ਸਾਰੀ ਸੰਗਤ ਯਤਨ ਕਰੀਏ। ਇੱਕ ਵਾਰ ਸਾਰੀ ਸੰਗਤ ਗੁਰੂ ਕੇ ਚਰਨਾਂ ਵਿੱਚ ਦਸ਼ਮੇਸ਼ ਪਿਤਾ ਦੇ ਹੁਕਮਾਂ 'ਤੇ ਪਹਿਰਾ ਦਿੰਦਿਆਂ ਹਾਜ਼ਰੀ ਲਵਾਈਏ ਅਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਸੁਖਮਨੀ ਸਾਹਿਬ, ਆਪਾਂ ਸ਼ਰਧਾ ਅਤੇ ਪਿਆਰ ਨਾਲ ਇਹ ਸ਼ਬਦ ਵਰਤਦੇ ਹਾਂ, ਹਾਲਾਂਕਿ ਸਿਰਲੇਖ ਹੈ ਗੌੜੀ ਸੁਖਮਨੀ ਮਹੱਲਾ ਪੰਜਵਾਂ, ਰਾਗ ਗੌੜੀ ਹੈ, ਸੁਖਮਨੀ ਬਾਣੀ ਦਾ ਨਾਮ ਹੈ। ਸਤਿਕਾਰ ਵਜੋਂ ਸਿੱਖ ਭਾਵਨਾ ਵਿੱਚ ਸ਼੍ਰੀ ਸੁਖਮਨੀ ਸਾਹਿਬ ਕਹਿ ਕੇ ਸਤਿਕਾਰ ਕਰਦਾ ਹੈ ਅਤੇ ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ। ਸਤਿਗੁਰੂ ਦੀ ਰਹਿਮਤ ਦੇ ਸਦਕਾ ਸਾਧ ਸੰਗਤ ਨੌ ਅਸ਼ਟਪਦੀਆਂ ਸ਼ਲੋਕਾਂ ਸਮੇਤ ਆਪ ਜੀ ਪਾਵਨ ਬਾਣੀ ਦੀ ਵਿਚਾਰ ਕਰ ਚੁੱਕੇ ਹੋ। ਦਸਵੀਂ ਅਸ਼ਟਪਦੀ ਉਸਦੇ ਪਾਵਨ ਸ਼ਲੋਕ ਦੇ ਵਿੱਚ ਸ਼ਲੋਕ ਤੇ ਪਹਿਲੇ ਦੋ ਪਦੇ ਦੋ ਅੰਕਾਂ ਤੱਕ ਦੀ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਸਰਵਣ ਕੀਤੀ। ਇਸ ਤੋਂ ਉਪਰੰਤ ਮੂਲ ਪਾਠ ਇਹ ਦਸਵੀਂ ਅਸ਼ਟਪਦੀ ਦੇ ਵਿੱਚੋਂ 3, 4 ਤੇ 5 ਅੰਕ, ਇਹ 3 ਪਦਿਆਂ ਦਾ ਮੂਲ ਪਾਠ ਆਪ ਸੰਗਤ ਨੇ ਮਾਨਯੋਗ ਗਿਆਨੀ ਜੀ ਪਾਸੋਂ ਸਰਵਣ ਕੀਤਾ ਹੈ।
ਸਤਸੰਗ ਜਦੋਂ ਆਪ ਜੀ ਬਾਣੀ ਪੜ੍ਹਦੇ ਹੋ, ਇਹ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਦੀ ਇੱਕ ਵਿਲੱਖਣਤਾ ਹੈ ਕਿ ਸ਼ਲੋਕ ਦੇ ਅੰਦਰ ਜੋ ਮੂਲ ਉਪਦੇਸ਼ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਅੱਠ ਪਦਿਆਂ ਦੇ ਅੰਦਰ ਦਾਤਾ ਜੀ ਉਸੇ ਸ਼ਲੋਕ ਨੂੰ ਬਹੁਤ ਸੁੰਦਰ ਢੰਗ ਨਾਲ ਵਿਆਖਿਆ ਕਰਕੇ ਸਮਝਾਉਂਦੇ ਆ। ਇਹ ਗੱਲ ਸਤਿਗੁਰਾਂ ਨੇ ਸਪਸ਼ਟ ਤੌਰ 'ਤੇ ਦੱਸ ਦਿੱਤੀ ਹੈ ਕਿ ਪਰਮੇਸ਼ਰ ਦੇ ਘਰ ਦੀਆਂ ਸਾਰਾ ਜਗਤ ਸਿਫਤਾਂ ਕਰਦਾ। ਅਸੀਂ ਜਿੰਨੇ ਇੱਥੇ ਆਏ ਹਾਂ ਨਾ, ਉਸ ਮਾਲਕ ਦੀਆਂ ਸਿਫਤਾਂ ਕਰਨ ਵਾਸਤੇ ਆਏ ਹਾਂ, ਗੁਣ ਗਾਉਣ ਵਾਸਤੇ ਆਏ। ਦੁਨੀਆਂ ਦੇ ਅੰਦਰ ਬੰਦੇ ਸਿਫਤਾਂ ਕਰਦੇ ਨੇ ਆਪਣੀਆਂ ਗਰਜਾਂ ਕਰਕੇ, ਕਿਸੇ ਦੀ ਖੁਸ਼ਾਮਦ ਵਿੱਚ ਆ ਕੇ ਕਿਸੇ ਦੁਨੀਆਂਦਾਰ ਬੰਦੇ ਦੀ ਸਿਫਤ ਕਰਦੇ ਆ, ਪਰ ਥੋੜ੍ਹੇ ਦਿਨਾਂ ਬਾਅਦ ਕੋਈ ਨਾ ਕੋਈ ਉਹਦਾ ਕਾਰਨਾਮਾ ਉਜਾਗਰ ਹੋ ਜਾਂਦਾ ਹੈ, ਫਿਰ ਨਿੰਮੋ ਝੋਣੇ ਹੋਣਾ ਪੈਂਦਾ ਹੈ, ਸ਼ਰਮਿੰਦਾ ਹੋਣਾ ਪੈਂਦਾ, ਮੈਂ ਐਵੇਂ ਝੂਠੀ ਸਿਫਤ ਕਰ ਬੈਠਾ, ਇਹ ਬੰਦਾ ਤਾਂ ਇਸ ਸਿਫਤ ਦੇ ਲਾਇਕ ਨਹੀਂ ਸੀ। ਪਰ ਨਿਰੰਕਾਰ ਪਰਮੇਸ਼ਰ ਦੀ ਉਸਤਤ ਐਸੀ ਹੈ, ਜੁੱਗਾਂ ਜੁੱਗਾਂ ਤੋਂ ਉਹਦੀ ਵਡਿਆਈ ਹੋ ਰਹੀ ਹੈ, ਉਹ ਸੱਚੀ ਹੈ, ਸਦਾ ਸਲਾਮਤ ਰਹਿਣ ਵਾਲੀ ਹੈ। ਪਰ ਯਾਦ ਰੱਖੀਏ ਕਿ ਦੁਨੀਆਂ ਵਿੱਚ ਰੱਬ ਦੇ ਘਰ ਦੀ ਚਰਚਾ ਬੜੀ ਕੀਤੀ ਜਾਂਦੀ, ਪਰ ਚਰਚਾ ਕਰਦਿਆਂ ਕਰਦਿਆਂ ਜਿੰਨੀ ਕੁ ਕਿਸੇ ਦੀ ਮੱਤ ਹੈ, ਜਿੰਨੀ ਕੁ ਕਿਸੇ ਦੀ ਸਮਰੱਥਾ ਹੈ, ਉਸ ਸਮਰੱਥਾ ਦੇ ਅਨੁਸਾਰ ਰੱਬ ਦੇ ਬਾਰੇ, ਰੱਬ ਦੇ ਘਰ ਦੇ ਬਾਰੇ ਵਿੱਚ ਲੋਕ ਚਰਚਾ ਕਰਦੇ। ਆਪ ਜੀ ਨਿਤਨੇਮ ਕਰਦੇ ਹੋ ਪੰਥ ਪ੍ਰਮਾਣਿਤ ਬਾਣੀਆਂ ਦੇ ਅੰਦਰ, ਜਦੋਂ ਚੌਪਈ ਸਾਹਿਬ ਦਾ ਜਾਪ ਕਰਦੇ ਹਾਂ ਤੇ ਉਹਦੇ ਚ ਸਤਿਗੁਰੂ ਇਹ ਬਖਸ਼ਿਸ਼ ਕਰਦੇ ਹੈ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹ ਤੇਤੀ। ਰੱਬ ਜੀ ਤੇਰੇ ਘਰ ਦੇ ਬਾਰੇ, ਤੇਰੀ ਕੁਦਰਤ ਦੇ ਬਾਰੇ, ਜੋ ਨਿਤਨੇਮ ਦੇ ਵਿੱਚ ਜਪਜੀ ਸਾਹਿਬ ਵਿੱਚ ਸਿੱਖ ਪੜ੍ਹਦਾ, ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ। ਰੱਬ ਜੀ ਤੇਰੀ ਕੁਦਰਤ ਦੀ ਕਿੱਥੋਂ ਤੱਕ ਵਿਚਾਰ ਕੀਤੀ ਜਾਵੇ, ਰੱਬ ਦੀ ਗੱਲ ਤੇ ਅਜੇ ਦੂਰ ਹੈ ਨਾ। ਪਾਵੋ ਪਰਮੇਸ਼ਰ ਜਿਸ ਅਕਾਲ ਪੁਰਖ ਬਾਰੇ ਮਾਰੂ ਰਾਗ ਵਿੱਚ ਦਾਤਾ ਜੀ ਦਾ ਸ਼ਬਦ ਪੜ੍ਹਦੇ ਆ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਂਦਾ। ਕਦੀ ਉਹ ਸਮਾਂ ਸੀ ਮਾਲਕ ਸੁੰਨ ਮੁੰਨ ਅਵਸਥਾ ਵਿੱਚ ਆਪਣੇ ਆਪ ਵਿੱਚ ਲਿਪਾਏਮਾਨ ਸੀ, ਪਰ ਸਮਾਂ ਪਾ ਕੇ ਪਰਮੇਸ਼ਰ ਨੇ ਕੀਤਾ ਪਸਾਓ, ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਇਸ ਸੰਸਾਰ ਦੀ ਕੁਦਰਤ ਦੀ ਮਾਲਕ ਨੇ ਸਾਜਨਾ ਕੀਤੀ ਤੇ ਆਸਾ ਦੀ ਵਾਰ ਦੇ ਵਿੱਚ ਆਰੰਭ ਵਿੱਚ ਹੀ ਦਾਤਾ ਜੀ ਸਮਝਾ ਗਏ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਪਰਮੇਸ਼ਰ ਨੇ ਆਪਣੇ ਆਪ ਨੂੰ ਆਪਣੇ ਆਪ ਤੋਂ ਪ੍ਰਗਟ ਕੀਤਾ, ਪਰ ਰੱਬ ਨੂੰ ਕਿਸੇ ਨੇ ਪ੍ਰਗਟ ਨਹੀਂ ਕੀਤਾ। ਉਸ ਮਾਲਕ ਬਾਰੇ ਤਾਂ ਕੋਈ ਦੱਸੇ ਕਿ ਕਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ, ਕਿਹੜਾ ਸਮਾਂ ਸੀ, ਕਿਸ ਤਰੀਕੇ ਨਾਲ ਸਾਜਨਾ ਕੀਤੀ। ਹੁਣ ਪਿਤਾ ਦੇ ਜਨਮ ਬਾਰੇ ਪੁੱਤ ਕੇਵਲ ਲੋਕਾਂ ਕੋਲੋਂ ਜਾਣਕਾਰੀ ਤੇ ਲੈ ਸਕਦਾ ਹੈ, ਪਰ ਜਦੋਂ ਬੱਚੇ ਦਾ ਜਨਮ ਹੀ ਨਹੀਂ ਹੋਇਆ, ਉਹ ਪਿਤਾ ਦੇ ਜਨਮ ਬਾਰੇ ਦਾਅਵੇ ਨਾਲ ਕਿਵੇਂ ਗੱਲ ਕਹਿ ਸਕਦਾ। ਪਿਤਾ ਕਾ ਜਨਮ ਕਿ ਜਾਣੇ ਪੂਤ, ਇਸੇ ਤਰੀਕੇ ਦੇ ਨਾਲ ਜਾ ਕਰਤਾ ਸਿਰਠੀ ਕੌ ਸਾਜੇ, ਇਸ ਸੰਸਾਰ ਬਾਰੇ ਕਿਵੇਂ ਸਾਜਨਾ ਹੋਈ, ਕਿਵੇਂ ਪਰਮਾਤਮਾ ਨੇ ਇਸ ਪਸਾਰੇ ਨੂੰ ਪਸਾਰਿਆ, ਇਹ ਕਰਤਾ ਪੁਰਖ ਅਕਾਲ ਪੁਰਖ ਆਪ ਜਾਣਦਾ। ਹਾਂ, ਇਹ ਗੱਲ ਸੱਚ ਹੈ ਕਿ ਅੱਜ ਸਾਇੰਸ ਨੇ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਪ੍ਰਗਟ ਕੀਤੀਆਂ, ਸਤਿਗੁਰਾਂ ਨੇ ਇਸ ਗੱਲ ਨੂੰ ਕੰਡਮ ਨਹੀਂ ਕੀਤਾ, ਪਰ ਸਾਇੰਸ ਨੇ ਜਿਹੜੀਆਂ ਸੱਚਾਈਆਂ ਅੱਜ ਦੁਨੀਆਂ ਦੇ ਸਾਹਮਣੇ ਰੱਖੀਆਂ ਨਾ, ਹੈਰਾਨ ਹੋ ਜਾਂਦਾ ਹੈ ਸਿੱਖ, 550 ਸਾਲ ਪਹਿਲਾਂ ਜਦੋਂ ਇਹੋ ਜਿਹੀਆਂ ਦੂਰਬੀਨਾਂ ਨਹੀਂ ਸੀ, ਇਹ ਨਾਸਾ ਤੇ ਇਸਰੋ ਵਰਗੀਆਂ ਖੋਜ ਏਜੰਸੀਆਂ ਨਹੀਂ ਸੀ, ਉਹ ਕਿਹੜੀ ਤਾਕਤ ਸੀ, ਕਿਹੜੀ ਕਲਾ ਸੀ ਕਿ ਉਸ ਵਕਤ ਵੀ ਸਤਿਗੁਰੂ ਪਾਤਸ਼ਾਹ ਉਹ ਸੱਚਾਈਆਂ ਜਿਹੜੀਆਂ ਅੱਜ ਖੋਜ ਖੋਜ ਕੇ ਸਾਇੰਸ ਸਿੱਧ ਕਰ ਰਿਹਾ ਹੈ,
ਉਹ ਅਟਲ ਸੱਚਾਈਆਂ ਜੀਵਨ ਦੀਆਂ ਪਹਿਲਾਂ ਹੀ ਦਾਤਾ ਜੀ ਦੁਨੀਆਂ ਦੇ ਸਾਹਮਣੇ ਰੱਖ ਗਏ। ਅੱਜ ਅਸੀਂ ਕਿਸੇ ਇਸਰੋ ਜਾਂ ਨਾਸਾ ਵਰਗੀਆਂ ਏਜੰਸੀਆਂ ਦੇ ਲੇਖ ਪੜ੍ਹੀਏ, ਵੀਡੀਓਸ ਵੇਖੀਏ, ਉਹ ਚੰਦਰਮਾ 'ਤੇ ਯਾਨ ਭੇਜ ਰਹੇ ਨੇ, ਮੰਗਲ ਗ੍ਰਹਿ 'ਤੇ ਯਾਨ ਭੇਜ ਰਹੇ, ਇੱਕ ਗੱਲ ਉੱਥੇ ਲੱਭ ਰਹੇ ਨੇ ਜਿੰਨਾ ਵੀ ਥਾਵਾਂ 'ਤੇ ਕਿ ਕਿਤੇ ਪਾਣੀ ਲੱਭ ਜੇ, ਤਾਂ ਕਿ ਪਾਣੀ ਦੇ ਰਾਹੀਂ ਪਤਾ ਲੱਗ ਸਕੇ ਕਿ ਜੀਵਨ ਜਿਹੜਾ ਹੈ ਇਹ ਪਾਣੀ ਤੋਂ ਸ਼ੁਰੂਆਤ ਹੋਈ। ਸਾਇੰਸ ਕਹਿੰਦੀ ਹੈ ਪਹਿਲਾਂ ਹਵਾ ਸੀ, ਰੱਬ ਨੇ ਹਵਾ ਪੈਦਾ ਕੀਤੀ ਅਤੇ ਹਵਾ ਦੇ ਵਿੱਚੋਂ ਉਹ ਜਿਹੜੀਆਂ ਗੈਸਾਂ ਸੀ ਪਾਣੀ ਬਣ ਗਈਆਂ, ਅਤੇ ਪਾਣੀ ਦੇ ਵਿੱਚ ਇੱਕ ਕੋਸ਼ਕੀ ਜੀਵ ਪੈਰਾਮੀਸ਼ੀਅਮ ਅਮੀਬਾ ਵਗੈਰਾ ਇਹ ਜੀਵ ਪੈਦਾ ਹੋਏ। ਉਸ ਤੋਂ ਅੱਗੇ ਸੰਸਾਰ ਦੀ ਕੁਦਰਤ ਦੀ ਅੱਗੇ ਰਚਨਾ ਜਿਹੜੀ ਸੀ ਪਰਮੇਸ਼ਰ ਨੇ ਅਗਲੇ ਪਾਸੇ ਇਹ ਪਸਾਰਾ ਹੌਲੀ ਹੌਲੀ ਵਧਾ ਦਿੱਤਾ। ਸਾਇੰਸ ਨੇ ਕੇਵਲ ਅਯਾਸ ਕਰਾਈਆਂ ਲਾਈਆਂ, ਪਰ ਗੁਰੂ ਕੇ ਪਿਆਰ ਵਾਲਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰ 'ਤੇ ਮੱਥਾ ਟੇਕਦੇ ਹਾਂ ਨਾ, ਜਦੋਂ ਅੱਜ ਕਈ ਵਾਰ ਸਾਡੇ ਨੌਜਵਾਨ ਬੱਚੇ ਜਦੋਂ ਉਹਨਾਂ ਨੂੰ ਆਖੀਏ ਭਲੇ ਹੋ ਕਿਹੜੀ ਪੜ੍ਹਾਈ ਪੜ੍ਹਦੇ ਹੋ, ਉਹ ਬੜੀਆਂ ਦੁਨੀਆ ਭਰ ਦੀਆਂ ਡਿਗਰੀਆਂ ਦੱਸਣਗੇ, ਪਰ ਜੇ ਉਹਨਾਂ ਨੂੰ ਆਖੀਏ ਕਿ ਤੁਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਸਹਿਜ ਪਾਠ ਕੀਤਾ ਹੈ, ਉਹ ਕਹਿਣਗੇ ਜੀ ਸਾਡੇ ਕੋਲ ਸਮਾਂ ਨਹੀਂ ਮਿਲਦਾ। ਹੈਰਾਨੀ ਹੁੰਦੀ ਹੈ ਕਿ ਅੱਜ ਉਹ ਨੌਜਵਾਨ ਜਿਹੜੇ 6-6 ਘੰਟੇ 8-8 ਘੰਟੇ ਫੋਨ ਚਲਾ ਸਕਦੇ ਆ, ਮੋਬਾਈਲ ਚਲਾਉਣ ਵਾਸਤੇ ਸਾਡੇ ਕੋਲ ਸਮਾਂ ਹੈ, ਪਰ ਸਾਡੇ ਕੋਲ ਇੰਨਾ ਸਮਾਂ ਨਹੀਂ ਕਿ ਜਿਹੜੀ ਸੱਚ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਸਾਡੇ ਵਾਸਤੇ ਜੀਵਨ ਦੀ ਕਲਾ, ਉਹ ਜੀਵਨ ਦੀ ਸੱਚਾਈ ਪੂਰਨੇ ਪਾ ਕੇ ਦੱਸ ਗਏ ਨੇ, ਇਸ ਬਾਣੀ ਨਾਲ ਕਿਤੇ ਸਾਂਝ ਪਾ ਲਈ। ਇਹ ਮਤਾ ਸੋਚਿਓ ਕਿ ਇਹ ਬਾਣੀ ਇਹ ਦੁਨਿਆਵੀ ਪੜ੍ਹਾਈ ਨੂੰ ਤੁਹਾਨੂੰ ਪੜ੍ਹਨ ਤੋਂ ਰੋਕ ਦੇਗੀ ਜਾਂ ਕੋਈ ਘਾਟਾ ਪੈ ਜਾਏਗਾ। ਇਹ ਤੇ ਜਾ ਕੇ ਕਿਤੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਅਯੂਬ ਖਾਨ ਨੂੰ ਵੀ ਪੁੱਛ ਲਿਓ, ਉਹ ਇਹ ਗੱਲ ਖਾਸ ਤੌਰ 'ਤੇ ਦੱਸਦਾ, ਕਹਿੰਦੇ ਮੈਂ ਸਕੂਲ ਦੇ ਵਿੱਚ ਬੜਾ ਫਿਸੱਡੀ ਸੀ। ਆਪਣੀ ਬਾਇਓਗ੍ਰਾਫੀ 'ਚ ਉਹਨੇ ਜ਼ਿਕਰ ਦਿੱਤਾ, ਜਿਹੜੇ ਨੌਜਵਾਨ ਅੱਜ ਸਕੂਲ ਦੀਆਂ ਪੜ੍ਹਾਈਆਂ ਕਰਕੇ ਗੁਰਬਾਣੀ ਪੜ੍ਹਨੀ, ਨਿਤਨੇਮ ਕਰਨਾ, ਗੁਰਦੁਆਰੇ ਜਾਣਾ ਛੱਡ ਗਏ ਨੇ ਨਾ, ਉਹ ਇਹ ਗੱਲ ਬੜੇ ਧਿਆਨ ਦੇ ਨਾਲ ਜ਼ਰੂਰ ਸੁਣਨ ਕਿ ਇਹ ਰੱਬੀ ਬਾਣੀ ਐਸੀ ਕਲਾ ਹੈ, ਕੋਈ ਗਾਵੇ ਕੋ ਸੁਣੇ ਹਰਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜਿਵੇਂ ਆਪਾਂ ਪਾਣੀ ਪੀਂਦੇ ਹਾਂ ਨਾ, ਪਾਣੀ ਨੇ ਇਹ ਨਹੀਂ ਵੇਖਣਾ ਕਿ ਪਾਣੀ ਪੀਣ ਵਾਲਿਆ ਤੇਰੀ ਜਾਤ ਕੀ ਹੈ, ਤੇਰਾ ਧਰਮ ਕੀ ਹੈ, ਮਜ਼ਹਬ ਕੀ ਹੈ, ਰੰਗ ਕੀ ਹੈ ਤੇ ਨਸਲ ਕੀ ਹੈ। ਪਾਣੀ ਦਾ ਇੱਕ ਬਿਰਧ ਹੈ, ਜਿਹੜਾ ਪਾਣੀ ਪੀਏਗਾ ਪਾਣੀ ਨੇ ਉਹਦੀ ਪਿਆਸ ਬੁਝਾ ਦੇਣੀ। ਇਸੇ ਤਰ੍ਹਾਂ ਬਾਣੀ ਦੀ ਵਡਿਆਈ ਹੈ, ਕੋਈ ਗਾਵੇ ਕੋ ਸੁਣੇ। ਇੱਥੇ ਦਾਸ ਪੜ੍ਹ ਰਿਹਾ ਹੈ, ਤੁਸੀਂ ਸੁਣ ਰਹੇ ਹੋ, ਗੱਲ ਤੇ ਇੰਨੀ ਹੈ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜੇ ਕੋ ਖਾਵੇ ਜੇ ਕੋ ਭੁੰਚੇ ਤਿਸਕਾ ਹੋਏ ਉਧਾਰੋ। ਤੇ ਜਿਹੜੇ ਨੌਜਵਾਨ ਕਹਿੰਦੇ ਸਾਡੇ ਕੋਲ ਸਮਾਂ ਨਹੀਂ, ਸਾਡੀ ਪੜ੍ਹਾਈ ਨਾ ਕਿਤੇ ਪਿੱਛੇ ਰਹਿ ਜੇ, ਉਹ ਇੱਕ ਗੱਲ ਯਾਦ ਰੱਖਣ, ਪਾਕਿਸਤਾਨ ਦਾ ਵਜ਼ੀਰੇ ਆਜ਼ਮ ਅਯੂਬ ਖਾਂ ਆਪਣੀ ਬਾਇਓਗ੍ਰਾਫੀ 'ਚ ਲਿਖਦਾ, ਕਹਿੰਦਾ ਮੈਂ ਸਕੂਲ ਦੇ ਵਿੱਚ ਬੜਾ ਫਿਸੱਡੀ ਸੀ। ਜਿਹਨੇ ਇਹ ਬਿਆਨ ਦਿੱਤਾ ਸੀ ਕਿ ਭਾਰਤ ਦੇ ਕੋਲੋਂ ਜਿੰਨੀਆਂ ਜੰਗਾਂ ਪਾਕਿਸਤਾਨ ਹਾਰਿਆ ਨਾ, ਇਹ ਗੁਰੂ ਕੇ ਪਿਆਰ ਵਾਲਿਓ, ਤੁਹਾਡੇ ਬਜ਼ੁਰਗਾਂ ਦੀ ਵਡਿਆਈ ਉਹਨੇ ਕੀਤੀ ਸੀ ਕਿ ਸਿੱਖਾਂ ਕਰਕੇ ਹਾਰਿਆ, ਅਗਰ ਇਹ ਸਿੱਖ ਨਾ ਹੁੰਦੇ ਤੇ ਸ਼ਾਇਦ ਪਾਕਿਸਤਾਨ ਨੂੰ ਏਡਾ ਵੱਡਾ ਹਾਰ ਦਾ ਸਾਹਮਣਾ ਨਾ ਕਰਨਾ ਪੈਂਦਾ। ਸਭ ਤੋਂ ਵੱਧ ਕੁਰਬਾਨੀਆਂ ਜਿਸ ਦੇਸ਼ ਵਾਸਤੇ ਸਿੱਖਾਂ ਨੇ ਦਿੱਤੀਆਂ, ਕਈ ਵਾਰ ਮਨ ਵਿੱਚ ਬੜਾ ਅਫਸੋਸ ਹੁੰਦਾ ਹੈ, ਅੱਜ ਭਾਰਤੀ ਮੀਡੀਆ ਉਹਨਾਂ ਨੂੰ ਵੱਖਵਾਦੀ ਅੱਤਵਾਦੀ ਕਹਿ ਕੇ ਬਿਆਨ ਕਰਦਾ। ਇਹ ਗੱਲ ਕਦੇ ਨਾ ਭੁੱਲਿਓ, ਇਹ ਦੇਸ਼ ਦੇਸ਼ ਨਾ ਹੁੰਦਾ ਅਗਰ ਪਿਤਾ ਦਸ਼ਮੇਸ਼ ਨਾ ਹੁੰਦਾ। ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਕੁਰਬਾਨੀਆਂ ਵੱਧ ਜੇ ਕਿਸੇ ਨੇ ਦਿੱਤੀਆਂ, ਜਿਹਨਾਂ ਨੂੰ 2% ਕਹਿੰਦੇ ਆ ਨਾ, ਉਹ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ। ਅੱਗੇ ਅਗਸਤ ਦਾ ਮਹੀਨਾ ਵੀ ਆਉਣਾ ਹੈ,
ਅਸੀਂ ਸਾਰੇ ਆਜ਼ਾਦੀ ਦੀ ਗੱਲ ਕਰਨੀ। ਮੈਂ ਸਿਰਫ ਇੱਕ ਖਿੰਨ ਥੋੜ੍ਹਾ ਜਿਹਾ ਸ਼ਬਦ ਦੇ ਨਾਲ ਨਾਲ ਤੁਹਾਨੂੰ ਆਪਣੇ ਵਿਰਸੇ ਵਿੱਚੋਂ ਸਾਂਝ ਪਾਉਣ ਵਾਸਤੇ ਇੱਕ ਦੋ ਮਿੰਟ ਵਾਸਤੇ ਇਹ ਸਾਂਝ ਪਾ ਰਿਹਾ ਕਿ ਕਦੀ ਚਰਚਾ ਚੱਲੇ ਤੇ ਉਹਨਾਂ ਸਾਹਮਣੇ ਰੱਖ ਦਿਓ ਜਿਨ੍ਹਾਂ ਨੂੰ ਤੁਸੀਂ 2% ਕਹਿ ਕੇ ਵੱਖਵਾਦੀ ਅੱਤਵਾਦੀ ਕਹਿੰਦੇ ਹੋ, ਉਹ ਭਲਿਓ ਕਦੀ ਇਤਿਹਾਸ ਪੜ੍ਹਿਓ, ਸਭ ਤੋਂ ਵੱਧ ਕੁਰਬਾਨੀਆਂ ਕਿਹਨਾਂ ਨੇ ਦਿੱਤੀਆਂ। 121 ਬੰਦੇ ਫਾਂਸੀ ਤੇ ਚੜ੍ਹੇ ਨੇ ਅੰਗਰੇਜ਼ਾਂ ਦੇ ਖਿਲਾਫ, ਉਹਨਾਂ ਚੋਂ ਗਿਣਤੀ 2% ਵਾਲਿਆਂ ਦੀ 93 ਹੈ ਕਿ 93 ਸਿੱਖ ਉਹਦੇ ਵਿੱਚ ਫਾਂਸੀ ਦੇ ਤਖ਼ਤੇ ਨੂੰ ਚੁੰਮਦੇ। 2626 ਬੰਦਿਆਂ ਦਾ ਜ਼ਿਕਰ, ਕਈਆਂ ਤਾਂ 2647 ਵੀ ਲਿਖਿਆ। 2626 ਉਮਰ ਕੈਦ ਹੁੰਦੀ ਹੈ ਤੇ ਉਹਦੇ 'ਚ 2147 ਗੁਰੂ ਕੇ ਸਿੱਖ ਨੇ ਜਿਹਨਾਂ ਉਮਰ ਕੈਦਾਂ ਭੋਗੀਆਂ। ਮੈਂ ਸਿਰਫ ਪੱਖ ਕਿ ਐਵੇਂ ਨਹੀਂ ਦੁਨੀਆ ਤਾਰੀਫ ਕਰਦੀ ਕਿ ਸਿੱਖ ਨਾ ਹੁੰਦੇ ਤੇ ਸ਼ਾਇਦ ਸਾਡੀ ਏਡੀ ਵੱਡੀ ਹਾਰ ਨਾ ਹੁੰਦੀ। ਉਹ ਅਯੂਬ ਖਾਂ ਕਹਿੰਦਾ ਮੈਂ ਅੱਜ ਵਜ਼ੀਰੇ ਆਜ਼ਮ ਅਗਰ ਬਣਿਆ ਤੇ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਤੇ ਖਾਸ ਕਰਕੇ ਮੂਲ ਮੰਤਰ ਦੇ ਕਰਕੇ, ਗੁਰੂ ਨਾਨਕ ਦੇ ਕਲਾਮ ਕਰਕੇ ਮੈਂ ਸਕੂਲ ਜਾਣ ਤੋਂ ਡਰਦਾ ਸੀ ਤੇ ਇੱਕ ਦਿਨ ਡਰਦਾ ਹੋਇਆ ਗੁਰਦੁਆਰੇ ਚਲਿਆ ਗਿਆ ਤੇ ਗਿਆਨੀ ਜੀ ਨੇ ਦੱਸਿਆ ਡਰਦਾ ਕਿਉਂ ਹੈ ਕਿ ਮਾਸਟਰ ਤੋਂ ਕੁੱਟ ਪੈਣੀ ਹੈ। ਉਹ ਕਹਿੰਦੇ ਨਿੱਕੀ ਨਿੱਕੀ ਗੱਲ ਤੋਂ ਡਰੇਗਾ ਤੇ ਅੱਗੇ ਕਿੱਦਾਂ ਵਧੇਗਾ। ਚੌਂਕੜਾ ਮਾਰ ਕੇ ਕਹਿੰਦੇ ਮੈਨੂੰ ਮੇਰੇ ਨਾਲ ਜਪ ਇੱਕ ਓਅੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿ ਭੰਗ, ਗੁਰਪ੍ਰਸਾਦ। ਕਹਿੰਦੇ ਜਿੰਨਾ ਹੁਣ ਤੂੰ ਬਾਣੀ ਦੇ ਨਾਲ ਸਾਂਝ ਪਾਏਗਾ, ਯਾਦ ਰੱਖੀ ਇਸ ਬਾਣੀ ਨੇ ਜਾਤ ਨਹੀਂ ਵੇਖਣੀ ਕਿਸੇ ਦੀ, ਧਰਮ ਨਹੀਂ ਵੇਖਣਾ। ਕਹਿੰਦੇ ਜਿੰਨਾ ਜਪਦਾ ਜਾਏਗਾ ਡਰ ਵੀ ਮੁੱਕ ਜਾਣਗੇ ਤੇ ਜੀਵਨ ਵਿੱਚ ਕਾਮਯਾਬੀ ਤੇਰੇ ਕਦਮ ਚੁੰਮੇਗੀ। ਕਹਿੰਦੇ ਅੱਜ ਮੈਂ ਜੀਵਨ ਦੇ ਵਿੱਚ ਕਾਮਯਾਬ ਹੋ ਕੇ ਅਗਰ ਵਜ਼ੀਰੇ ਆਜ਼ਮ ਬਣਿਆ ਇਹ ਗੁਰੂ ਨਾਨਕ ਦੀ ਬਾਣੀ ਕਰਕੇ, ਇਸ ਕਲਾਮ ਕਰਕੇ। ਮੈਂ ਤਾਂ ਨੌਜਵਾਨਾਂ ਵਾਸਤੇ ਬਚਨ ਕੀਤੇ ਨੇ ਕਿ ਸਤਿਗੁਰੂ ਦੀ ਬਾਣੀ ਜਦੋਂ ਪੜ੍ਹਦੇ ਹਾਂ, ਸਾਇੰਸ ਵਾਲੇ ਕਹਿੰਦੇ ਜੀ ਅਸੀਂ ਤੇ ਸਾਇੰਸ ਨੂੰ ਮੰਨਦੇ ਹਾਂ, ਪਰ ਸਤਿਗੁਰੂ ਆਰੰਭ 'ਚ ਕਹਿੰਦੇ ਜੀ ਕੁਦਰਤ ਦੀ ਰਚਨਾ। ਹਾਲਾਂਕਿ ਬਾਣੀ 'ਚ ਸਾਫ ਕਹਿ ਦਿੱਤਾ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਪਰ ਜਿਹੜੀ ਕੁਦਰਤ ਦੀ ਗੱਲ ਸੰਸਾਰ ਦੇ ਅੰਦਰ ਸਾਇੰਸ ਕਰ ਰਹੀ ਹੈ ਇਹ 550 ਸਾਲ ਪਹਿਲਾਂ ਬਾਬੇ ਨਾਨਕ ਨੇ ਕਰਤੀ। ਕਹਿੰਦੇ ਸਾਚੇ ਤੇ ਪਵਨਾ ਪਿਆ, ਸੱਚੇ ਅਕਾਲ ਪੁਰਖ ਤੋਂ ਹਵਾ ਪੈਦਾ ਹੋਈ। ਉਹ ਹਵਾ ਜਿਵੇਂ ਬਾਰੇ 'ਚ ਅੱਜ ਆਪਾਂ ਗੱਲਾਂ ਕਰਦੇ ਹਾਂ, ਆਕਸੀਜਨ ਹੈ, ਹਾਈਡਰੋਜਨ ਹੈ, ਇਹ ਇਕੱਠੀਆਂ ਹੋਈਆਂ ਤੇ ਪਾਣੀ ਬਣ ਗਿਆ ਹੈ, ਦੋਵੇਂ ਅੱਗਾਂ ਨੇ। ਪਰ ਸੱਚ ਦੀ, ਪਰਮੇਸ਼ਰ ਦੀ ਇੱਕ ਖੇਡ ਹੈ ਕਿ ਵਿਰੋਧੀ ਤੱਤ ਇਕੱਠੇ ਕਰਕੇ ਰੱਬ ਨੇ ਅੱਗ ਨੂੰ ਬੁਝਾਉਣ ਵਾਲਾ ਤੱਤ ਪੈਦਾ ਕਰ ਦਿੱਤਾ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ, ਤੇ ਜਰੇ ਜਰੇ ਵਿੱਚ ਉਹ ਪਰਮੇਸ਼ਰ ਦੀ ਜੋਤ ਵਸੀ ਹੈ। ਉਹਨੇ ਜੋ ਕੁਝ ਕੁਦਰਤ ਵਿੱਚ ਸਾਜਿਆ, ਦੁਨੀਆਂ ਵਿੱਚ ਕੋਈ ਬੰਦਾ ਕੋਈ ਚੀਜ਼ ਬਣਾਵੇ ਨਾ, ਇੱਕ ਕਾਰੀਗਰ ਨੇ ਕੁਰਸੀ ਬਣਾਈ ਹੋਵੇ, ਮੇਜ਼ ਬਣਾਇਆ ਹੋਵੇ, ਉਹ ਕੁਰਸੀ ਤੇ ਬਣਾਉਂਦਾ ਹੈ, ਮੇਜ਼ ਬਣਾਉਂਦਾ ਹੈ, ਕੁਰਸੀ ਆਪਣੀ ਥਾਂ ਤੇ ਹੈ, ਮੇਜ਼ ਆਪਣੀ ਥਾਂ ਤੇ ਕਾਰੀਗਰ ਆਪਣੀ ਥਾਂ ਤੇ ਹੈ। ਪਰ ਨਿਰੰਕਾਰ ਪਰਮੇਸ਼ਰ ਦੀ ਵਡਿਆਈ ਹੈ, ਜਿੱਥੇ ਉਹ ਕਰਤਾ ਹੈ ਉੱਥੇ ਪੁਰਖ ਵੀ ਹੈ। ਉਹ ਜੋ ਕੁਝ ਬਣਾਉਂਦਾ ਹੈ ਨਾ, ਉਹਨੇ ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ, ਸਾਰਿਆਂ ਦੇ ਵਿੱਚ ਜਰੇ ਜਰੇ ਵਿੱਚ ਉਹ ਆਪ ਸਮਾਇਆ। ਅੱਜ ਦੇ ਵੀ ਪਾਵਨ ਬਚਨਾਂ ਅੰਦਰ ਉਸ ਕੁਦਰਤ ਦੀ ਵਿਚਾਰ ਮੇਰੇ ਦਾਦੇ ਨੇ ਕੀਤੀ ਹੈ ਕਿ ਕਰਨ ਦਾ ਯਤਨ ਬੜੇ ਕਰਦੇ ਨੇ, ਚਰਚਾ ਕਰਦੇ ਨੇ, ਕੁਦਰਤ ਇਹੋ ਜੀ, ਰੱਬ ਇਹੋ ਜਿਹਾ, ਪਰ ਇੱਕ ਤੇ ਉਹ ਨੇ ਜਿਹੜੇ ਚਰਚਾ ਕਰਦੇ ਕਰਦੇ ਸਾਰੀ ਜ਼ਿੰਦਗੀ ਲੰਘਾ ਜਾਂਦੇ ਨੇ, ਪਰ ਕਈ ਬੜੇ ਪਿਆਰ ਵਾਲੇ ਨੇ ਜਿਹੜੇ ਚਰਚਾ ਕਰਕੇ ਉਸ ਰਾਹ ਤੇ ਤੁਰਦੇ ਨੇ। ਮੈਂ ਇੱਕ ਗੱਲ ਕਹਿ ਕੇ ਫਿਰ ਸ਼ਬਦ ਦੀ ਵਿਚਾਰ ਵੱਲ ਅੱਗੇ ਵਧਾਂ। ਇੱਕ ਥਾਂ ਦਾ ਜ਼ਿਕਰ ਆਉਂਦਾ ਹੈ ਕਿ ਲੂਣ ਦੀਆਂ ਦੋ ਢੇਲੀਆਂ, ਲੂਣ ਨਮਕ ਸਾਲਟ ਆਪਾਂ ਸਾਰੇ ਸਮਝਦੇ ਹਾਂ, ਗੱਲ ਨੂੰ ਕੇਵਲ ਸਮਝਣ ਮਾਤਰ ਇਸ਼ਾਰਾ ਹੈ।
ਇਹ ਸਮੁੰਦਰ ਦੇ ਕਿਨਾਰੇ ਤੇ ਬੈਠੀਆਂ ਹੋਈਆਂ ਚਰਚਾ ਕਰਦੀਆਂ ਨੇ। ਇੱਕ ਕਹਿੰਦੀ ਸਮੁੰਦਰ ਏਡਾ ਡੂੰਘਾ ਹੈ, ਦੂਜੀ ਕਹਿੰਦੀ ਭੈਣੇ ਤੈਨੂੰ ਨਹੀਂ ਪਤਾ ਇਹਦੇ ਨਾਲੋਂ ਜ਼ਿਆਦਾ ਡੂੰਘਾ ਹੈ। ਇੰਨੇ ਨੂੰ ਤੀਜੀ ਆਈ ਕਹਿੰਦੀ ਨਹੀਂ ਤੁਸੀਂ ਦੋਵੇਂ ਅਣਜਾਣ ਜੋ, ਸਮੁੰਦਰ ਇਹਦੇ ਨਾਲੋਂ ਵੀ ਜ਼ਿਆਦਾ ਡੂੰਘਾ ਹੈ। ਚੌਥੀ ਇੰਨੇ ਚਿਰ ਨੂੰ ਆਈ ਕਹਿੰਦੀ ਤੁਹਾਨੂੰ ਤਿੰਨਾਂ ਨੂੰ ਨਹੀਂ ਪਤਾ ਸਮੁੰਦਰ ਕਿੱਡਾ ਡੂੰਘਾ, ਮੈਂ ਹੁਣੇ ਜਾਂਦੀ ਹਾਂ ਸਮੁੰਦਰ ਦੇ ਅੰਦਰ ਛਾਲ ਮਾਰ ਕੇ, ਸਮੁੰਦਰ ਦੀ ਤਲਹਟੀ ਤੱਕ ਗਹਿਰਾਈ ਤੱਕ ਪੂਰੀ ਤਰ੍ਹਾਂ ਤਲ ਤੱਕ ਨਾਪ ਕੇ ਬਾਹਰ ਆ ਕੇ ਤੁਹਾਨੂੰ ਦੱਸਾਂਗੀ ਕਿ ਸਮੁੰਦਰ ਕਿੱਡਾ ਡੂੰਘਾ ਹੈ। ਹੁਣ ਇਹ ਕਹਿ ਕੇ ਜਿੱਦਾਂ ਹੀ ਉਸ ਲੂਣ ਦੀ ਢੇਲੀ ਨੇ ਸਾਧ ਸੰਗਤ ਸਮੁੰਦਰ ਦੇ ਅੰਦਰ ਛਾਲ ਮਾਰੀ ਨਾ, ਉਹ ਲੂਣ ਦੀ ਢੇਲੀ ਜਿਉਂ ਜਿਉਂ ਸਮੁੰਦਰ ਦੇ ਵਿੱਚ ਜਾਂਦੀ ਹੈ। ਹੁਣ ਤੁਸੀਂ ਸਾਰੇ ਗੁਰੂ ਕੀ ਗੋਦ 'ਚ ਬੈਠੇ ਹੋ, ਜੇ ਲੂਣ ਨੂੰ ਪਾਣੀ ਵਿੱਚ ਪਾਈਏ, ਲੂਣ ਦੀ ਢੇਲੀ ਪਾਣੀ 'ਚ ਪਾਈਏ, ਉਹ ਜਿਉਂ ਜਿਉਂ ਲੂਣ ਦੀ ਢੇਲੀ ਥੱਲੇ ਨੂੰ ਜਾਏਗੀ ਕੀ ਹੋਏਗਾ, ਹੌਲੀ ਹੌਲੀ ਜਾ ਕੇ ਖੁਰਦੀ ਜਾਏਗੀ। ਖੁਰਦਿਆਂ ਖੁਰਦਿਆਂ ਉਹ ਲੂਣ ਦੀ ਢੇਲੀ ਜਿਹੜੀ ਸੀ ਖੁਰਦੀ ਖੁਰਦੀ ਉਹ ਸਮੁੰਦਰ ਦੇ ਵਿੱਚ ਇੱਕਮਿਕ ਹੋ ਗਈ, ਤੇ ਜਿਹੜੀਆਂ ਬਾਹਰ ਖੜੀਆਂ ਨਾ ਲੂਣ ਦੀਆਂ ਢੇਲੀਆਂ ਉਡੀਕ ਕਰ ਰਹੀਆਂ, ਹੁਣ ਬਾਹਰ ਆਏਗੀ, ਹੁਣ ਬਾਹਰ ਆਏਗੀ, ਤੇ ਬਾਹਰ ਆ ਕੇ ਦੱਸੇਗੀ ਸਮੁੰਦਰ ਕਿੱਡਾ ਡੂੰਘਾ। ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਰਾਹ ਤੇ ਤੁਰ ਪਏ ਨੇ ਨਾ, ਉਹ ਬਹੁਤੀ ਕਿੰਤੂ ਪਰੰਤੂ ਚ ਨਹੀਂ ਪੈਂਦੇ, ਉਹ ਤੇ ਆਨੰਦ ਲੈਂਦੇ ਨੇ, ਉਸਤਤ ਤੇ ਕਰਨੀ ਹੈ, ਪਰ ਚੇਤੇ ਰੱਖੀ ਜਿਵੇਂ ਲੂਣ ਦੀ ਢੇਲੀ ਆਪਣਾ ਆਪਾ ਗਵਾ ਕੇ ਸਮੁੰਦਰ ਵਿੱਚ ਇੱਕਮਿਕ ਹੁੰਦੀ ਹੈ ਨਾ, ਰੱਬ ਦੇ ਘਰ ਦੀ ਇਕੱਲੀ ਚਰਚਾ ਤੱਕ ਸੀਮਤ ਨਾ ਰਹਿ ਜੀ, ਜਿਉਂ ਜਿਉਂ ਉਹਦੀਆਂ ਸਿਫਤਾਂ ਸੁਣੇ, ਆਪਣੇ ਆਪੇ ਨੂੰ ਖਤਮ ਕਰਦਿਆਂ ਕਰਦਿਆਂ ਉਸ ਰਾਹ ਤੇ ਤੁਰਦਿਆਂ ਤੁਰਦਿਆਂ ਤੇਰੀ ਅਵਸਥਾ ਬਣ ਜਾਏ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ, ਇਸ ਅਵਸਥਾ ਤੱਕ ਪਹੁੰਚਣ ਦਾ ਯਤਨ ਕਰਨਾ। ਤੇ ਸਤਿਗੁਰੂ ਹੁਣ ਕੁਦਰਤ ਦੀ ਵਿਚਾਰ ਕਰਦੇ, ਆਪ ਜੀ ਨੇ ਨਿਤਨੇਮ ਕੀਤਾ, ਜਪਜੀ ਸਾਹਿਬ ਦੇ ਅੰਦਰ ਪੰਜ ਖੰਡ ਜਿਹੜੇ ਮਨ ਦੀਆਂ ਪੰਜ ਅਵਸਥਾਵਾਂ ਦਾ ਜ਼ਿਕਰ, ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸੱਚ ਖੰਡ, ਧਰਮ ਖੰਡ ਤੋਂ ਚੱਲ ਕੇ ਸੱਚ ਖੰਡ ਦੀ ਅਵਸਥਾ ਤੱਕ ਪਹੁੰਚਣਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ ਵਾਲੀ ਅਵਸਥਾ ਤੇ ਪਹੁੰਚਣਾ। ਪਰ ਦੂਜੀ ਅਵਸਥਾ 'ਚ ਦਾਤਾ ਜੀ ਨੇ ਜ਼ਿਕਰ ਕੀਤਾ, ਧਰਮ ਖੰਡ ਜਦੋਂ ਮਰਿਆਦਾ ਵਿੱਚ ਇੱਕ ਜੀਵਨ ਆਉਂਦਾ ਹੈ, ਇੱਕ ਨੇਮ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰਨਾਮ ਧਿਆਵੇ, ਉੱਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ। ਆ ਜਿਹੜਾ ਨੇਮ ਨਿਭਾਉਣ ਆਏ ਹੋ ਨਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਗੁਰੂ ਕੀ ਗੋਦ ਵਿੱਚ ਹਾਜ਼ਰੀਆਂ ਭਰੀਆਂ, ਕੀਰਤਨ ਸਰਵਣ ਕੀਤਾ, ਹੁਣ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਤਿਗੁਰੂ ਕਹਿੰਦੇ ਜਦੋਂ ਇਹ ਨੇਮ ਮਰਿਆਦਾ ਕੋਈ ਨਿਭਾਉਂਦਾ ਹੈ, ਧਰਮ ਦੀ ਬੱਝਵੀਂ ਮਰਿਆਦਾ ਵਿੱਚ ਆਉਂਦਾ ਹੈ, ਫਿਰ ਉਹਦੀ ਅਵਸਥਾ ਬਣਦੀ ਹੈ ਗਿਆਨ ਖੰਡ, ਤੇ ਗਿਆਨ ਖੰਡ ਵਿੱਚ ਆ ਕੇ ਸਮਝ ਆਉਂਦੀ ਹੈ। ਆਹ ਜਿਹੜੀ ਪੌੜੀ ਹੈ ਭਾਵ ਇਹ ਅਸ਼ਟਪਦੀ, ਦਸਵੀਂ ਅਸ਼ਟਪਦੀ ਵਿੱਚ ਗਿਆਨ ਖੰਡ ਦੀ ਹੀ ਚਰਚਾ ਸਤਿਗੁਰਾਂ ਨੇ ਕੀਤੀ ਹੈ ਕਿ ਮਾਲਕ ਦੀ ਕੁਦਰਤ ਬੇਅੰਤ ਹੈ, ਤੇ ਉਸ ਕੁਦਰਤ ਵਿੱਚੋਂ ਤੀਸਰੇ ਪਦੇ ਵਿੱਚ ਦਾਤਾ ਜੀ ਬਖਸ਼ਿਸ਼ ਕਰ ਰਹੇ ਹਨ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਇਹ ਦੋ ਬਿਰਤੀਆਂ ਦਾ ਜ਼ਿਕਰ ਦਾਤਾ ਜੀ ਨੇ ਕੀਤਾ, ਕਈ ਕੋਟ। ਸਤਿਸੰਗਤ ਜੀ ਜਦੋਂ ਇਹ ਸ਼ਬਦ ਆਉਂਦਾ ਨਾ ਕਈ ਕੋਟ, ਇਹ ਪੂਰੀ ਅਸ਼ਟਪਦੀ ਵਿੱਚ ਬਾਰ ਬਾਰ ਆਉਣਾ ਹੈ। ਕੋਟ ਸ਼ਬਦ ਦੇ ਟੈਂਕੇ ਨੂੰ ਸਿਹਾਰੀ ਲੱਗੀ ਹੋਈ ਹੈ, ਇਹ ਤਿੰਨ ਰੂਪਾਂ 'ਚ ਬਾਣੀ 'ਚ ਆਉਂਦਾ ਹੈ, ਇੱਕ ਆਉਂਦਾ ਇੱਕ ਸਿੱਧਾ ਟੈਂਕੇ ਨੂੰ ਔਂਕੜ, ਇੱਕ ਟੈਂਕਾ ਮੁਕਤਾ। ਜਦੋਂ ਬਾਣੀ 'ਚ ਪੜ੍ਹਦੇ ਹਾਂ ਲੰਕਾ ਸਾ ਕੋਟ ਸਮੁੰਦ ਸੀ ਖਾਈ, ਇੱਕ ਪਾਸੇ ਜਦੋਂ ਕੋਟ ਦਾ ਅਰਥ ਹੁੰਦਾ ਹੈ ਕਿਲਾ, ਜਦੋਂ ਟੈਂਕੇ ਨੂੰ ਔਂਕੜ ਲੱਗੀ ਹੋਵੇ ਇਹਦਾ ਮਤਲਬ ਇੱਕ ਕਿਲੇ ਦੀ ਗੱਲ ਹੈ,
ਤੇ ਜਦੋਂ ਟੈਂਕੇ ਨੂੰ ਔਂਕੜ ਹਟਦੀ ਹੈ ਜਾਂ ਸੰਬੰਧਕੀ ਕਰਕੇ ਜਾਂ ਬਹੁਤੇ ਕਿਲਿਆਂ ਦਾ ਜਦੋਂ ਜ਼ਿਕਰ ਆਵੇ ਉਦੋਂ ਉਸ ਵਕਤ ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ, ਜਿਹਨੇ ਸੋਨੇ ਦੇ ਕਿਲੇ ਵੀ ਬਣਾਏ ਸੀ ਉਹ ਰਾਵਣ ਵੀ ਸਭ ਕੁਝ ਛੱਡ ਕੇ ਚਾਲੇ ਪਾ ਗਿਆ। ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਰਹਿਣਾ ਤੇ ਰੱਬ ਦੇ ਨਾਮ ਨੇ, ਉਸ ਪਰਮੇਸ਼ਰ ਨੇ ਸਦਾ ਸਲਾਮਤ ਰਹਿਣਾ। ਕੋਟ ਦੇ ਟੈਂਕੇ ਨੂੰ ਔਂਕੜ ਆਵੇ ਇਹਦਾ ਮਤਲਬ ਕਿਲਾ, ਔਂਕੜ ਹਟ ਜਾਏ ਟੈਂਕਾ ਮੁਕਤ ਹੋਵੇ ਇਹਦਾ ਮਤਲਬ ਬਹੁਤੇ ਕਿਲੇ, ਪਰ ਜਦੋਂ ਟੈਂਕੇ ਨੂੰ ਸਿਹਾਰੀ ਸ਼ਬਦ ਆਈ ਇਹਦਾ ਮਤਲਬ ਹੈ ਕਰੋੜ, ਤੇ ਕਰੋੜ ਸ਼ਬਦ ਦੇ ਵਿੱਚੋਂ ਸਤਿਗੁਰੂ ਨਾਲ ਬਚਨ ਕਰਦੇ ਨੇ ਕਈ ਕੋਟ, ਕਈ ਕਰੋੜਾਂ। ਕਈ ਕਰੋੜਾਂ ਦਾ ਮਤਲਬ ਸਿੱਧੇ ਅਰਥਾਂ ਚ ਕਹੀਏ ਬੇਅੰਤ, ਅੰਤ ਨਹੀਂ ਪਾਇਆ ਜਾ ਸਕਦਾ ਗਿਣਤੀ ਮਿੰਤੀ ਦੇ ਰਾਹੀਂ। ਲੇਖਾ ਹੋਏ ਤਾਂ ਲਿਖੀ ਹੈ, ਲੇਖੇ ਹੋਏ ਵਿਨਾਸ਼। ਉਹ ਰੱਬ ਦੇ ਘਰ ਨੂੰ ਉਹਦੀ ਕੁਦਰਤ ਨੂੰ ਗਿਣਤੀ ਮਿਣਤੀ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਸਤਿਗੁਰੂ ਜੀ ਨੇ ਇਹ ਤੀਜੇ ਪਦੇ ਦੇ ਆਰੰਭ ਵਿੱਚ ਬਖਸ਼ਿਸ਼ ਕੀਤੀ ਕਿ ਕਈ ਕੋਟ, ਜਦੋਂ ਵੀ ਪਾਠ ਕਰੀਏ ਕੋਟ ਤੇ ਰੁਕ ਜਾਣਾ। ਸਿੱਧ ਜਤੀ ਜੋਗੀ ਆ ਤਿੰਨਾਂ ਦਾ ਜ਼ਿਕਰ ਕੀਤਾ, ਇੱਕ ਪਾਸੇ ਤਿਆਗੀ ਬਿਰਤੀ ਵਾਲਿਆਂ ਦਾ ਜ਼ਿਕਰ, ਧਾਰਮਿਕ ਦੁਨੀਆਂ ਦੇ ਵਿੱਚ ਸਿੱਧ ਹੋਏ ਜਿਨ੍ਹਾਂ ਬਾਰੇ ਕਹਿੰਦੇ ਸੀ ਫਲਾਣਾ ਬੰਦਾ ਤੇ ਸਿੱਧ ਹੋ ਗਿਆ, ਵੱਡੀਆਂ ਕਰਾਮਾਤਾਂ ਨੇ ਉਹਦੇ ਕੋਲ, ਕਾਮਯਾਬ ਹੋ ਗਿਆ, ਇਹਦੇ ਬਾਰੇ ਦੇ ਵਿੱਚ 84 ਸਿੱਧਾਂ ਦਾ ਵੀ ਜ਼ਿਕਰ ਹੈ ਤੇ ਪੁਰਾਣਾ ਵਿੱਚ 88,000 ਤੱਕ ਦੀ ਵੀ ਇਹਦੀ ਗਿਣਤੀ ਆਉਂਦੀ। ਮੇਰੇ ਪਾਤਸ਼ਾਹ ਕਹਿੰਦੇ ਸਿੱਧ ਦਾ ਮਤਲਬ ਸੀ ਪੁੱਗਿਆ ਹੋਇਆ ਯੋਗੀ, ਪਰ ਇਹ ਗਿਣਤੀਆਂ ਮਿਣਤੀਆਂ 'ਚ ਨਾ ਪੈ ਜਿਓ। ਰੱਬ ਦੇ ਘਰ ਦੇ ਵਿੱਚ ਸਿੱਧ ਹੋਇਆਂ ਵੀ ਕੋਈ ਵੱਡੀ ਪ੍ਰਾਪਤੀ ਨਹੀਂ, ਉਹਦੀ ਕੁਦਰਤ ਬੜੀ ਬੇਅੰਤ ਹੈ, ਉਹ ਮਾਲਕ ਬੜਾ ਬੇਅੰਤ ਹੈ। ਆਪ ਦਾਤਾ ਜੀ ਕਹਿੰਦੇ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ। ਆ ਜਿਹੜੀਆਂ ਰਿੱਧੀਆਂ ਸਿੱਧੀਆਂ ਵਾਲੇ ਸਿੱਧ ਨੂੰ ਤੁਸੀਂ ਮਾਣ ਕਰਦੇ ਹੋ ਨਾ, ਕਹਿੰਦੇ ਸਭ ਕੁਝ ਹੋ ਵੀ ਜਾਏ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਕਹਿਣ ਬੜਾ ਪੁੱਗਿਆ ਹੋਇਆ ਯੋਗੀ ਹੈ, ਬੜਾ ਸਿੱਧ ਹੈ। ਕਹਿੰਦੇ ਸਭ ਕੁਝ ਹੋਵੇ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੇ ਭਾਓ, ਮਤ ਦੇਖ ਭੁੱਲਾਂ ਵਿਸਰੇ ਤੇਰਾ ਚੇਤਨਾ ਆਵੇ ਨਾ। ਉਹ ਦਾਤਾ ਕਿਤੇ ਇਹਨਾਂ ਰਾਹਾਂ ਤੇ ਤੈਨੂੰ ਨਾ ਭੁੱਲ ਜਾਵਾਂ, ਇਹ ਰਸਤੇ ਦੇ ਪੜਾਅ ਹੋ ਸਕਦੇ ਨੇ ਪਰ ਪ੍ਰਾਪਤੀ ਨਹੀਂ। ਅਸਲ ਸਿੱਧ ਉਹ ਹੈ ਅਚਰ ਚਰੇ ਤਾਂ ਸਿੱਧ ਹੋਈ, ਅਚਰ ਆ ਮਨ ਆ ਜਿੱਤ, ਇਹਨੂੰ ਜਿੱਤਣ ਵਾਲਾ ਅਸਲ ਵਿੱਚ ਜੀਵਨ ਵਿੱਚ ਕਾਮਯਾਬ ਹੈ। ਬਾਕੀ ਦੁਨਿਆਵੀ ਤੌਰ ਤੇ ਕਰਾਮਾਤਾਂ ਹਾਸਲ ਕਰ ਲੈਣਾ ਵੱਡੀ ਪ੍ਰਾਪਤੀ ਨਹੀਂ। ਪਰ ਸਾਹਿਬ ਕਹਿੰਦੇ ਇੱਕ ਪਾਸੇ ਧਾਰਮਿਕ ਦੁਨੀਆਂ 'ਚ ਕਹਿੰਦੇ ਬਹੁਤ ਵੱਡੇ ਸਿੱਧ ਹੋਏ ਨੇ, ਜਤੀ ਇੰਦਰੀਆਂ ਤੇ ਕਾਬੂ ਕਰਨ ਵਾਲਾ, ਜਿਨ੍ਹਾਂ 'ਚੋਂ 6 ਜਤੀਆਂ ਦਾ ਜ਼ਿਕਰ ਵੀ ਆਉਂਦਾ ਹੈ। ਇਹਦਾ ਮਤਲਬ ਬ੍ਰਹਮਚਾਰੀ ਸੰਨਿਆਸੀ ਹੋ ਗਿਆ, ਗ੍ਰਸਤ ਤੋਂ ਉਦਾਸ ਹੋ ਗਿਆ। ਪਰ ਦਸਵੇਂ ਪਾਤਸ਼ਾਹ ਦਾ ਇੱਕ ਬਚਨ ਹੈ, ਕਹਿੰਦੇ ਜੇ ਇਸ ਤਰੀਕੇ ਨਾਲ ਰੱਬ ਮਿਲਦਾ ਤੇ ਬਿੰਦ ਕੇ ਸਦਈਆ ਤਾਂ ਇਹ ਹੀਜ ਕੇ ਬਡਈਆ ਦੇਤ, ਕਹਿੰਦੇ ਫਿਰ ਉਹਦੇ ਨਾਲ ਤੇ ਉਹ ਚੰਗਾ। ਇਹ ਜਤੀ ਹੋਣਾ। ਇੱਕ ਤੀਜੇ ਨੰਬਰ ਤੇ ਸ਼ਬਦ ਆਇਆ ਜੋਗੀ। ਜੋਗੀ ਦਾ ਜਦੋਂ ਵੀ ਸ਼ਬਦ ਆਵੇ ਧਿਆਨ ਆਈਂਦਾ, ਕੰਨ ਪਾਟੇ ਹੋਣ, ਮੁੰਦਰਾਂ ਪਾਈਆਂ, ਖਾਸ ਪ੍ਰਕਾਰ ਦਾ ਭੇਖ ਹੋਵੇ, ਇੱਕ ਉਸ ਭੇਖ ਦਾ ਨਾਂ ਜੋਗੀ ਹੈ। ਪਰ ਗੁਰਮਤਿ ਵਿੱਚ ਸਤਿਗੁਰੂ ਕਹਿੰਦੇ ਅੰਜਨ ਮਾਹੀ ਨਿਰੰਜਨ ਰਹੀ ਹੈ ਜੋਗ ਜੁਗਤ ਇਹ ਪਾਈ ਹੈ। ਗੱਲੀ ਜੋਗ ਨਾ ਹੋਈ, ਗੱਲਾਂ ਨਾਲ ਨਹੀਂ, ਪਹਿਰਾਵੇ ਨਾਲ ਨਹੀਂ, ਜੋਗ ਦਾ ਮਤਲਬ ਜੁੜਨਾ ਹੈ ਜਿਹੜਾ ਅੰਦਰੋਂ ਰੱਬ ਨਾਲ ਜੁੜੇ। ਇੱਥੇ ਗੁਰਮਤਿ ਨੇ ਇਹਨਾਂ ਸਾਰੇ ਅੱਖਰਾਂ ਦੀ, ਨਾਵਾਂ ਦੀ, ਪਦਵੀਆਂ ਦੀ ਵਿਆਖਿਆ ਵੱਖਰੀ ਕੀਤੀ ਹੈ। ਪਰ ਦਾਤਾ ਜੀ ਇੱਥੇ ਕੁਦਰਤ ਦੀ ਜਦੋਂ ਗੱਲ ਕਰਦੇ ਹੈ ਉਹ ਖਾਸ ਤੌਰ ਤੇ ਕਹਿੰਦੇ ਨੇ ਇੱਥੇ ਤਿਆਗੀ ਬਿਰਤੀ ਵਾਲੇ ਵੀ ਬੜੇ ਨੇ, ਜਿਹੜੇ ਸੰਸਾਰ ਛੱਡ ਕੇ ਕਿਨਾਰਾ ਕਸ਼ੀ ਕਰਨ ਵਾਲੇ ਸਨ। ਤੇ ਦੂਸਰੇ ਪਾਸੇ ਕਈ ਕੋਟ ਰਾਜੇ ਰਸ ਭੋਗੀ, ਇਹੋ ਜਿਹੇ ਰਾਜੇ ਨੇ ਜਿਹੜੇ ਦੁਨੀਆਂ ਦੇ ਰਸ ਕਸ ਭੋਗਣ ਵਾਲੇ, ਸਾਰੇ ਸੁੱਖ ਤੇ ਸਹੂਲਤਾਂ ਮਾਨਣ ਵਾਲੇ, ਜਿਹੜੇ ਕਹਿੰਦੇ ਖਾਓ ਪੀਓ ਮੌਜਾਂ ਮਾਣੋ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ,
ਪਰ ਦਾਤਾ ਜੀ ਕਹਿੰਦੇ ਰਾਜਾ ਹੋਇਆ ਜੇ ਸੁੱਖ ਮਿਲ ਗਏ ਨੇ ਨਾ, ਤੇ ਯਾਦ ਰੱਖੀ ਸੁੱਖ ਦੇ ਸਾਧਨ ਮਿਲਿਆ ਵੀ ਜੇ ਰੱਬ ਭੁੱਲਿਆ ਇਹ ਮਾਲਕ ਨਹੀਂ ਨਾ ਚੇਤਾ। ਇਹ ਬਚਨ ਸਹਿਸ ਕਿਰਤੀ ਵਿੱਚ ਵੀ ਜਿੱਥੇ ਦਾਤਾ ਜੀ ਨੇ ਕੀਤੇ, ਜੈਸਰੀ ਕੀ ਵਾਰ ਵਿੱਚ ਬੜੇ ਪਿਆਰੇ ਬਚਨ ਆਪਾਂ ਪੜ੍ਹਦੇ ਹਾਂ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ ਕਿਛ ਨਾਹੀਂ ਵਿਸੂਰੇ। ਪਰ ਕਹਿੰਦੇ ਸਾਰੇ ਦੁਨੀਆਂ ਦੇ ਰਸ ਕਾ ਸਮਾਣਦਿਆਂ ਬੜਾ ਤੂੰ ਖੁਸ਼ ਹੋਏਗਾ, ਮੈਂ ਰਾਜਾ ਹਾਂ ਰਸ ਭੋਗ ਰਿਹਾ। ਪਰ ਦਾਤਾ ਜੀ ਕਹਿੰਦੇ ਸੋ ਪ੍ਰਭ ਚੇਤਨਾ ਆਵਈ, ਇਸ ਕੁਦਰਤ ਵਿੱਚ ਜੇ ਉਸ ਦਾਤਾਂ ਦੇਣ ਵਾਲੇ ਰਸ ਬਖਸ਼ਣ ਵਾਲੇ ਮਾਲਕ ਨੂੰ ਭੁੱਲ ਗਿਆ ਹੈ ਨਾ, ਸੱਚ ਜਾਣੀ ਸੋ ਪ੍ਰਭ ਚੇਤਨਾ ਆਵੀ ਵਿਸ਼ਟਾਂ ਕੇ ਕੀੜੇ, ਤੂੰ ਇੱਕ ਗੰਦਗੀ ਦਾ ਕੀੜਾ ਜਾਣਿਆ ਜਾਏਗਾ। ਇਹ ਯਾਦ ਰੱਖੀ ਤਿਆਗ ਕਰਕੇ ਵੀ ਨਹੀਂ ਤੇ ਸੰਸਾਰ ਦੇ ਸੁੱਖ ਭੋਗਿਆ ਵੀ ਨਹੀਂ, ਉਸ ਮਾਲਕ ਦੀ ਕੁਦਰਤ ਦਾ ਅੰਤ ਨਾ ਤਿਆਗੀ ਨੇ ਜਾਣਿਆ ਨਾ ਰਾਜੇ ਨੇ, ਸੁੱਖ ਭੋਗਣ ਵਾਲੇ ਨੇ ਉਸ ਕੁਦਰਤ ਦਾ ਅੰਤ ਪਾਇਆ ਹੈ। ਕਈ ਕੋਟ ਪੰਖੀ ਸਰ ਪਿਉ ਪਾਏ, ਭਲਿਆ ਇਸ ਕੁਦਰਤ ਵਿੱਚੋਂ ਰੱਬ ਨੂੰ ਵੇਖਣਾ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਤੇ ਕੀ ਜ਼ਿਕਰ ਕਰਦੇ ਨੇ, ਕਈ ਕੋਟ ਕਰੋੜਾਂ ਹੀ ਕਈ ਕਰੋੜ ਪੰਖੀ ਸਰਪ ਉਪਾਏ, ਪੰਖੀ ਆਕਾਸ਼ ਵਿੱਚ ਉੱਡਣ ਵਾਲੇ ਉਹ ਵੀ ਬੇਅੰਤ ਨੇ, ਉਹਨਾਂ ਦੀਆਂ ਨਸਲਾਂ ਬੜੀਆਂ ਨੇ, ਤੇ ਸਰਪ ਜਿਹੜਾ ਜ਼ਮੀਨ ਤੇ ਰੇਂਗਣ ਵਾਲਾ, ਜ਼ਮੀਨ ਤੇ ਰੇਂਗਣ ਵਾਲੇ ਵੀ ਬੜੇ ਪੈਦਾ ਕੀਤੇ ਹੈ ਤੇ ਆਕਾਸ਼ 'ਚ ਉੱਡਣ ਵਾਲੇ ਵੀ ਬੇਅੰਤ, ਕਈ ਕਰੋੜਾਂ ਉਹਨੇ ਪੈਦਾ ਕੀਤੇ ਹਨ। ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕਰੋੜ ਰੱਬ ਨੇ ਪੱਥਰ ਪੈਦਾ ਕੀਤੇ। ਪੱਥਰਾਂ ਦੇ ਵੀ ਕਈ ਪ੍ਰਕਾਰ ਨੇ, ਇੱਕ ਪੱਥਰ ਤਰੱਕੀ ਕਰਦਾ ਹੈ, ਉਹ ਵਿਦਵਾਨ ਕਹਿੰਦਾ ਸ਼ਾਬਾਸ਼ ਬੁੱਤਰੋ ਬੁੱਤੋ, ਤਰੱਕੀ ਇਸੀ ਕੋ ਕਹਿਤੇ ਹੈ। ਕਿਹੜੀ ਤਰੱਕੀ? ਜਬ ਤਰਾਸ਼ੇ ਨਾ ਗਏ ਤੋ ਪੱਥਰ, ਜਬ ਤਰਾਸ਼ੇ ਗਏ ਤੋ ਖੁਦਾ ਬਣ ਬੈਠੇ। ਜਦੋਂ ਤੱਕ ਤਰਾਸ਼ੇ ਨਹੀਂ ਸੀ ਲੋਕ ਪੈਰ ਰੱਖਦੇ ਸੀ, ਲੋਕਾਂ ਤਰਾਸ਼ਤਾ ਤੇ ਅੱਜ ਲੋਕ ਕਹਿੰਦੇ ਜੀ ਇਹ ਤੇ ਖੁਦਾ ਹੈ ਰੱਬ ਹੈ ਭਗਵਾਨ ਕਰਕੇ ਪੂਜਣ ਲੱਗ ਪਏ। ਇੱਕ ਪੱਥਰ ਤੇ ਪੈਰ ਰੱਖਿਆ ਜਾ ਰਿਹਾ ਹੈ, ਇੱਕ ਪੱਥਰ ਨੂੰ ਪੂਜਿਆ ਜਾ ਰਿਹਾ, ਜੇ ਉਹ ਰੱਬ ਹੈ ਤੇ ਫਿਰ ਦੂਜੇ ਪਾਸੇ ਰੱਬ ਕਿਉਂ ਨਹੀਂ ਨਜ਼ਰ? ਸਾਹਿਬ ਕਹਿੰਦੇ ਪੱਥਰ ਰੱਬ ਨਹੀਂ, ਇਹ ਕੁਦਰਤ ਦਾ ਇੱਕ ਹਿੱਸਾ ਹੈ, ਇਹ ਕੁਦਰਤ ਵਿੱਚੋਂ ਰੱਬ ਦੇ ਦੀਦਾਰ ਤੇ ਕਰਨੇ ਹੈ, ਪਰ ਕੁਦਰਤ ਨੂੰ ਪੂਜਣਾ ਨਹੀਂ ਹੈ। ਜਿਸਨੇ ਕੁਦਰਤ ਨੂੰ ਬਣਾਇਆ ਹੈ ਉਸ ਕਰਤੇ ਦੀ ਪੂਜਾ ਕਰਨ ਦੀ ਜਾਚ ਸਤਿਗੁਰੂ ਪਾਤਸ਼ਾਹ ਬਾਣੀ 'ਚ ਸਿਖਾਉਂਦੇ ਨੇ। ਇੱਕ ਪਾਸੇ ਪੱਥਰ ਬਿਰਤੀ ਵਾਲੇ ਨੇ, ਕਠੋਰ ਨੇ, ਪਾਣੀ 'ਚ ਰੱਖਿਆ ਪੱਥਰ ਨਹੀਂ ਭਿੱਜਦਾ, ਸੰਗਤ ਵਿੱਚ ਆ ਕੇ ਜੀਵਨ ਨਹੀਂ ਬਦਲਦਾ, ਤੇ ਦੂਸਰੇ ਪਾਸੇ ਬਿਰਖ, ਬਿਰਖ ਦਾ ਮਤਲਬ ਉਪਕਾਰੀ, ਦਰਵੇਸ਼, ਉਹਨੂੰ ਕੋਈ ਕੱਟਦਾ ਹੈ ਵੱਢਦਾ ਹੈ, ਪੱਥਰ ਵੀ ਮਾਰਦਾ ਹੈ ਨਾ ਤਾਂ ਵੀ ਉਹ ਪਾਲਣਾ ਕਰਦਾ ਹੈ, ਪਰਉਪਕਾਰ ਕਰਦਾ। ਇੱਦਾਂ ਇੱਕ ਪਾਸੇ ਪੱਥਰ ਵਰਗੇ, ਇੱਕ ਪਾਸੇ ਬਿਰਖ ਵਰਗੇ, ਇਹ ਵੀ ਪਰਮਾਤਮਾ ਦੀ ਕੁਦਰਤ ਵਿੱਚ ਪੈਦਾ ਹੋਏ ਹਨ। ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕਰੋੜ ਪਰਮਾਤਮਾ ਨੇ ਹਵਾ ਪੈਦਾ ਕੀਤੀ। ਅੱਜ ਹਵਾ ਦੇ ਕਈ ਰੂਪ ਨੇ, ਆਕਸੀਜਨ ਹੈ, ਕਾਰਬਨ ਡਾਈਆਕਸਾਈਡ ਬੰਦੇ ਨਾਲ ਸਿੱਧਾ ਸੰਬੰਧ ਹੈ, ਨਾਈਟ੍ਰੋਜਨ ਹੈ, ਅਮੋਨੀਆ ਹੈ, ਪਤਾ ਨਹੀਂ ਕਿੰਨੀਆਂ ਕੁ ਗੈਸਾਂ ਨੇ। ਪਾਣੀ ਕਈ ਪ੍ਰਕਾਰ ਦਾ ਪੈਦਾ ਕੀਤਾ, ਗੰਗਾ ਦਾ ਪਾਣੀ ਵੇਖ ਲਓ, ਯਮੁਨਾ ਦਾ ਪਾਣੀ ਵੇਖ ਲਓ, ਦੋਵਾਂ ਦੀ ਤਸੀਰ ਵਿੱਚ ਫਰਕ ਪੈ ਜਾਏਗਾ, ਇਲਾਕਾ ਬਦਲ ਲਈਏ ਤਾਂ ਫਰਕ ਪੈ ਜਾਂਦਾ ਹੈ। ਇਸੇ ਤਰ੍ਹਾਂ ਬੈਸੰਤਰ, ਅੱਗ ਦੇ ਵੀ ਕਈ ਰੂਪ ਨੇ, ਇਕੱਲੀਆਂ ਚਾਰ ਹੀ ਅੱਗਾਂ ਨਹੀਂ, ਇਹ ਅੱਗ ਦਾਵਾ ਅਗਨ ਵੀ ਕਹੀ, ਬੜਵਾ ਅਗਨ ਵੀ ਕਹੀ, ਜਠਰ ਅਗਨ ਵੀ ਕਹੀ, ਤੇ ਹੰਸ ਹੇਤ ਲੋਭ ਕੁਭ ਚਾਰੇ ਨਦੀਆਂ ਅੱਗ, ਇਹ ਅੱਗ ਦੇ ਵੀ ਕਈ ਪ੍ਰਕਾਰ ਹਨ। ਕਈ ਕੋਟ ਦੇਸ਼ ਭੂ ਮੰਡਲ, ਇਹ ਦੇਸ਼ ਵੀ ਦੁਨੀਆਂ ਦੇ ਅੰਦਰ ਬੜੇ ਨੇ, ਇਲਾਕੇ ਨੇ, ਭੂ ਧਰਤੀ ਤੇ ਮੰਡਲ, ਆ ਜਿਹੜਾ ਸਾਰਾ ਇੱਕ ਗੋਲਾਕਾਰ ਆਕਾਰ ਹੋਵੇ ਨਾ, ਜਿਹਨੂੰ ਆਪਾਂ ਸੌਰ ਮੰਡਲ ਵੀ ਕਹਿ ਦਿੰਦੇ। ਸੱਚ ਜਾਣਿਓ ਇੱਕ ਸੌਰ ਮੰਡਲ ਨਹੀਂ, ਸਾਇੰਸ ਅੱਜ ਦੱਸ ਰਹੀ ਨੇ ਇਹੋ ਜਿਹੇ ਪਤਾ ਨਹੀਂ ਕਿੰਨੇ ਅਰਬਾਂ ਖਰਬਾਂ ਸੌਰ ਮੰਡਲ ਨੇ,
ਤੇ ਭਾਈ ਗੁਰਦਾਸ ਜੀ ਦਾ ਕਦੀ ਬਚਨ ਪੜ੍ਹੀਏ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਜਿਸ ਪਰਮਾਤਮਾ ਦੇ ਇੱਕ ਰੋਮ ਵਿੱਚ ਕਰੋੜਾਂ ਹੀ ਬ੍ਰਹਿਮੰਡ ਨੇ, ਉਸ ਪਰਮੇਸ਼ਰ ਦਾ ਕੋਈ ਅੰਤ ਕਿਵੇਂ ਪਾ ਸਕਦਾ ਹੈ। ਕਈ ਕੋਟ ਦੇਸ਼ ਭੂ ਮੰਡਲ, ਅਨੇਕਾਂ ਦੇਸ਼ ਨੇ, ਧਰਤੀਆਂ ਵੀ ਅਨੇਕਾਂ ਨੇ, ਮੰਡਲ ਇਹੋ ਜਿਹੇ ਸੌਰ ਮੰਡਲ ਅਨੇਕਾਂ ਨੇ। ਕਈ ਕੋਟ ਸਸੀਅਰ ਸੂਰ ਨਖਿਅਤਰ, ਸਸੀਅਰ ਕਿਹਾ ਜਾਂਦਾ ਚੰਦਰਮਾ ਨੂੰ, ਸੂਰ ਸੂਰਜ ਨੂੰ, ਨਖਿਅਤਰ ਕਿਹਾ ਗਿਆ ਤਾਰੇ ਨੂੰ। ਅੱਜ ਦੁਨੀਆਂ 'ਚ ਕੋਈ ਚੰਦਰਮਾ ਦੀ ਪੂਜਾ ਕਰਦਾ ਹੈ, ਕੋਈ ਸੂਰਜ ਦੀ ਪੂਜਾ ਕਰਦਾ ਹੈ। ਮੇਰੇ ਦਾਤਾ ਜੀ ਕਹਿੰਦੇ ਕਿਹੜੇ ਸੂਰਜ ਦੀ ਪੂਜਾ ਕਰੋਗੇ, ਸੂਰਜ ਤੇ ਇੱਕ ਨਹੀਂ ਕਰੋੜਾਂ ਹੀ ਨੇ। ਤੇ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਕੋਟ ਸੂਰ ਜਾਕੇ ਪ੍ਰਗਾਸ, ਉਹਦੀ ਕੁਦਰਤ ਵਿੱਚ ਕਰੋੜਾਂ ਸੂਰਜ ਨੇ, 50 ਅਰਬ। ਤੇ ਅੱਜ ਸਾਇੰਸ ਵਾਲੇ ਦੱਸਦੇ ਨੇ ਕਿ ਇੰਨੇ ਤੋਂ ਵੱਧ ਨੇ, ਕਹਿੰਦੇ ਅੰਦਾਜ਼ਾ ਹੀ ਦੱਸਿਆ। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਇਹ ਕਿੰਨੇ ਨੇ। ਇਸ ਕਰਕੇ ਯਾਦ ਰੱਖੀ, ਚੰਦਰਮਾ ਦੀ ਪੂਜਾ ਕਰਨ ਵਾਲਿਆ, ਧਰਤੀ ਦਾ ਚੰਦਰਮਾ ਇੱਕ ਹੈ, ਇਸ ਕਰਕੇ ਤੂੰ ਇੱਕ ਦੀ ਪੂਜਾ ਕਰਨੀ ਆ। ਇਹੋ ਜਿਹੇ ਚੰਦਰਮਾ ਤੇ ਪਤਾ ਨਹੀਂ ਕਿੰਨੇ ਨੇ। ਇਸ ਧਰਤੀ ਦਾ ਸੂਰਜ ਇੱਕ ਹੈ, ਪਾਣੀ ਦੇਣ ਵਾਲਿਆ, ਉਹ ਧਰਤੀ ਦੇ ਸੂਰਜ ਨੂੰ ਪਾਣੀ ਤੂੰ ਦੇ ਰਿਹਾ, ਉਸ ਤੋਂ ਇਲਾਵਾ ਕਿੰਨੇ ਸੂਰਜ ਨੇ। ਇਹ ਮਾਲਕ ਦੀ ਕੁਦਰਤ ਵਿੱਚ ਬੇਅੰਤ ਤਾਰੇ ਨੇ, ਉਹ ਕਿਹਦਾ, ਉਹ ਮਾਲਕ ਏਡਾ ਵੱਡਾ ਹੈ, ਉਸ ਨੂੰ ਛੱਡ ਕੇ ਤੂੰ ਕ੍ਰਿਤ ਦੀ ਪੂਜਾ, ਇਸ ਕੁਦਰਤ ਦੀ ਪੂਜਾ ਵਾਲੇ ਪਾਸੇ ਤੁਰ ਪਿਆ। ਉਸ ਮਾਲਕ ਨੂੰ ਯਾਦ ਕਰ, ਜਿਹਦੀ ਕੁਦਰਤ ਵਿੱਚ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਦੇਵ ਦੇਵਤੇ, ਦਾਨਵ ਰਾਕਸ਼ਸ, ਦੈਵ ਬਿਰਤੀ ਤੇ ਦਾਨਵ ਬਿਰਤੀ। ਚੰਗੇ ਕਰਮ ਕਰਦਾ ਹੈ ਲੋਕ ਕਹਿੰਦੇ ਦੇਵਤਾ ਹੈ, ਮਾੜੇ ਕਰਮ ਕਰੇ ਕਹਿੰਦੇ ਨਿਰਾ ਰਾਕਸ਼ਸ ਹੈ। ਹੁਣ ਜੇ ਰਾਵਣ ਨੂੰ ਰਾਕਸ਼ਸ ਕਿਹਾ ਜਾਂਦਾ ਹੈ, ਉਹਦੇ ਕਰਮਾਂ ਕਰਕੇ ਲੋਕ ਕਹਿੰਦੇ, ਵੈਸੇ ਤੇ ਉਹ 4 ਵੇਦਾਂ ਦਾ ਗਿਆਤਾ ਵੀ ਸੀ, ਬ੍ਰਾਹਮਣ ਸੀਗਾ, ਪਰ ਫਿਰ ਵੀ ਉਹਦੇ ਕਰਮਾਂ ਕਰਕੇ ਉਹਨੂੰ ਬਾਣੀ ਨੇ ਤੇ ਮੂਰਖ ਵੀ ਕਿਹਾ ਕਿ ਮੂਰਖ ਰਾਵਣ ਕਿਆ ਲੈ ਗਿਆ, ਕਿਉਂਕਿ ਪੜ੍ਹਿਆ ਮੂਰਖ ਆਖੀ ਹੈ, ਪੜ੍ਹਿਆ ਹੋਇਆ ਬੰਦਾ ਵੀ ਮੂਰਖ ਹੈ ਜਿਹੜਾ ਵਿਕਾਰਾਂ ਦੇ ਵਿੱਚ ਫਸ ਗਿਆ। ਤੇ ਸਾਹਿਬ ਕਹਿੰਦੇ ਕਈ ਬਿਰਤੀਆਂ ਵਾਲੇ, ਦੇਵ ਬਿਰਤੀਆਂ ਵਾਲੇ, ਦਾਨਵ ਬਿਰਤੀਆਂ ਵਾਲੇ, ਇੰਦਰ ਸਿਰ ਛਤਰ, ਇੰਦਰ ਦੇਵਤਿਆਂ ਦੇ ਰਾਜੇ ਦੀ ਇੱਕ ਪਦਵੀ ਹੈ, ਇਉਂ ਕਹਿ ਲਈਏ ਰਾਜੇ ਨੂੰ ਕਿਹਾ, ਉਹ ਮਨੁੱਖਾਂ ਦੇ ਵੀ ਰਾਜੇ ਆ, ਨਰਿੰਦਰ, ਦੇਵਿੰਦਰ, ਏਦਾਂ ਦੇ। ਇੰਦਰ ਸਿਰ ਛਤਰ, ਜਿਨ੍ਹਾਂ ਦੇ ਸਿਰ ਤੇ ਛਤਰ ਝੁਲਦਾ ਹੈ, ਇਹ ਰਾਜ ਭਾਗ ਕਮਾਉਣ ਵਾਲੇ, ਇਹ ਸੰਸਾਰ ਦੇ ਵਿੱਚ ਮਾਣ ਤਾਣ ਹਾਸਲ ਕਰਨ ਵਾਲੇ ਬੜੇ ਹਨ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤੇ ਸਾਰਿਆਂ ਤੋਂ ਅਖੀਰ 'ਚ ਕਹਿੰਦੇ, ਭਲਿਓ ਇਹ ਨਾ ਸਮਝ ਲਿਓ ਕਿ ਇਹ ਰੱਬ ਤੋਂ ਵੱਖਰੇ ਨੇ ਜਾਂ ਇਹਨਾਂ 'ਚ ਕੋਈ ਵੱਡੀ ਵਡਿਆਈ ਹੈ, ਜਿਨ੍ਹਾਂ ਦਾ ਵੀ ਜ਼ਿਕਰ ਆਉਂਦਾ ਹੈ ਨਾ ਅਖੀਰ 'ਚ ਸਤਿਗੁਰੂ ਇਹ ਤੀਸਰੇ ਪਦੇ 'ਚ ਕਹਿ ਰਹੇ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਸਾਰੇ ਜਪੋ ਹਾਂ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਆ ਸਾਰੀ ਸਮੱਗਰੀ ਜੋ ਕੁਝ ਪੈਦਾ ਕੀਤਾ ਹੈ ਨਾ, ਜਿਵੇਂ ਇੱਕ ਮਾਲਾ ਵੇਖਦੇ ਆ ਨਾ, ਉਹਦੇ ਵਿੱਚ ਧਾਗਾ ਹੁੰਦਾ ਹੈ, ਧਾਗੇ 'ਚ ਮਣਕੇ ਹੁੰਦੇ ਆ, ਹੁਣ ਉਹ ਸਾਰੇ ਇੱਕ ਦੇ ਵਿੱਚ ਸਮਾਏ ਹੁੰਦੇ ਆ। ਇਸੇ ਤਰੀਕੇ ਨਾਲ ਸੂਤ ਏਕ ਮਨ ਸੱਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ, ਇੱਕ ਸੂਤਰ ਵਿੱਚ ਰੱਬ ਨੇ ਪਰੋਇਆ। ਜੇ ਉਹ ਧਾਗਾ ਖਿੱਚ ਲਈਏ ਮਣਕੇ ਖਿਲਰ ਜਾਣਗੇ। ਇਸ ਸੰਸਾਰ ਦੇ ਵਿੱਚ ਜੋ ਪੈਦਾ ਕੀਤਾ ਹੈ, ਜੋਤ ਤੇ ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਦੀ ਹੈ ਨਾ, ਸੂਤ ਰੂਪੀ ਧਾਗੇ ਰੂਪ ਵਿੱਚ ਸਾਰਿਆਂ ਨੂੰ ਪਰੋਣ ਵਾਲਾ ਇੱਕ ਪਰਮੇਸ਼ਰ ਆਪ ਹੈ। ਤੇ ਜਿਹਦੇ ਜਿਹਦੇ ਤੇ ਪਰਮੇਸ਼ਰ ਦਇਆ ਕਰੇ, ਜਿਹੜਾ ਰੱਬ ਨੂੰ ਭਾ ਜਾਂਦਾ ਹੈ ਨਾ, ਚੰਗਾ ਲੱਗਦਾ ਹੈ, ਫਿਰ ਰੱਬ ਉਹਨਾਂ ਨੂੰ ਭਵਜਲੋਂ ਪਾਰ ਕਰਦਾ ਹੈ। ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ, ਉਹਦਾ ਪਾਰ ਉਤਾਰਾ ਹੁੰਦਾ। ਫਿਰ ਨਾਲ ਸਤਿਗੁਰੂ ਫਿਰ ਅਗਲੇ ਬੰਦ 'ਚ ਬਖਸ਼ਿਸ਼ ਕਰਦੇ ਹਨ, ਕਈ ਕੋਟ
ਰਾਜਸ ਤਾਮਸ ਸਾਤਕ, ਇਹ ਬਿਰਤੀਆਂ ਨੇ, ਰਜੋ ਤਮੋ ਤੇ ਸਤੋ। ਕਈ ਕਰੋੜ ਰਾਜਸ ਤਾਮਸ ਸਾਤਕ, ਬਾਣੀ ਪੜ੍ਹਦੇ ਆ, ਰਜ ਗੁਣ ਤਮ ਗੁਣ ਸਤ ਗੁਣ ਕਈ ਹੈ, ਇਹ ਤੇਰੀ ਸਭ ਮਾਇਆ, ਮਾਇਆ ਦਾ ਹੀ ਰੂਪ ਹੈ। ਰਜੋ ਬਿਰਤੀ ਸਿੱਧੇ ਅਰਥਾਂ ਚ ਕਹੀਏ, ਰਾਜਸੀ ਬਿਰਤੀ ਹਰ ਵਕਤ ਲੋਕਾਂ ਤੇ ਹੁਕਮ ਕਰਨਾ, ਏਦਾਂ ਦਾ ਭਾਵ ਕਿ ਮੈਂ ਹੀ ਮੈਂ ਹਾਂ, ਬਾਕੀ ਕੋਈ ਮੇਰੇ ਸਾਹਮਣੇ ਕੁੱਝ ਨਹੀਂ, ਜੋ ਕੰਮ ਹੋਵੇ ਮੈਥੋਂ ਪੁੱਛ ਕੇ ਹੋਵੇ, ਮੇਰੇ ਤੋਂ ਬਗੈਰ ਤੋਂ ਕੋਈ ਗੱਲ ਨਾ ਹੋਵੇ। ਆ ਜਿਹੜੀ ਮੈਂ ਪ੍ਰਧਾਨ ਹੋ ਜਾਏ ਨਾ ਹੁਕਮ ਚਲਾਉਣ ਦੀ, ਹਰ ਬੰਦਾ ਮੇਰੇ ਹੁਕਮ ਚ ਰਹੇ, ਉਹਨੂੰ ਕਹਿੰਦੇ ਰਾਜਸੀ ਬਿਰਤੀ। ਦੂਜੇ ਨੰਬਰ ਤੇ ਹੈ ਤਾਮਸੀ ਬਿਰਤੀ, ਤਮ ਹਨੇਰੇ ਨੂੰ ਕਿਹਾ ਜਾਂਦਾ। ਸੰਸਾਰ ਚਾਹੇ ਖਾਓ ਪੀਓ ਮੌਜਾਂ ਮਾਣਾਂ ਦੇ ਵਿੱਚ, ਏਦਾਂ ਹੀ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਇਹ ਤਾਮਸੀ ਬਿਰਤੀ ਚ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਿਉਂ ਸੰਸਾਰ ਵਿੱਚ ਆਏ। ਤੇ ਤੀਜੇ ਨੰਬਰ ਤੇ ਸਤੋ ਗੁਣੀ, ਸਤੋ ਗੁਣੀ ਬੰਦਿਆਂ ਨੂੰ ਸੰਸਾਰ ਚ ਆਉਣ ਦਾ ਤੇ ਪਤਾ ਲੱਗ ਗਿਆ ਕਿ ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ, ਸੇਵਾ ਵੀ ਕਰਦੇ ਨੇ ਸਿਮਰਨ ਵੀ ਕਰਦੇ ਨੇ, ਪਰ ਭਾਵਨਾ ਇਹ ਹੈ ਕਿ ਜੇ ਮੈਂ ਸੇਵਾ ਕਰਾਂ ਤੇ ਇਹਦਾ ਕੁਝ ਕ੍ਰੈਡਿਟ ਮਿਲੇ, ਸਿਮਰਨ ਕਰਾਂ ਤੇ ਇਹਦਾ ਕੁਝ ਕ੍ਰੈਡਿਟ ਮਿਲੇ, ਤੇ ਲੋਕ ਵੇਖ ਕੇ ਕਹਿਣ ਵਾਹ ਜੀ ਵਾਹ, ਬੜਾ ਸਿਮਰਨ ਕਰਦਾ ਹੈ, ਬੜਾ ਸੇਵਾ ਕਰਦਾ ਹੈ, ਉਹਨਾਂ ਦੇ ਅੰਦਰ ਥੋੜੀ ਜਿਹੀ ਭੁੱਖ ਰਹਿੰਦੀ ਹੈ। ਇਸੇ ਕਰਕੇ ਸਾਹਿਬ ਕਹਿੰਦੇ ਰਜ ਗੁਣ ਤਮ ਗੁਣ ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ, ਇਹਨਾਂ ਤਿੰਨਾਂ ਤੋਂ ਉੱਪਰ ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ, ਉਹ ਸੇਵਾ ਸਿਮਰਨ ਤੇ ਕਰਨਗੇ, ਪਰ ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਦੁਨੀਆਂ 'ਚ ਇਹ ਤਿੰਨ ਬਿਰਤੀਆਂ ਵਾਲੇ ਵੀ ਹਨ, ਕਈ ਕੋਟ ਕਈ ਕਰੋੜਾਂ, ਵੇਦ ਪ੍ਰਾਣ ਸਿਮਰਤ ਅਰ ਸ਼ਾਸਤਰ, ਵੈਸੇ ਤੇ ਚਾਰ ਵੇਦ, 18 ਪ੍ਰਾਣ, 27 ਸਿਮਰਤੀਆਂ, 6 ਸ਼ਾਸਤਰ ਨੇ, ਪਰ ਸਾਹਿਬ ਕਹਿੰਦੇ ਇਹਨਾਂ ਨੂੰ ਪੜ੍ਹਨ ਵਾਲੇ ਵੀ ਬੜੇ ਨੇ, ਬੇਅੰਤ ਨੇ। ਪਰ ਇਹ ਕਹਿ ਲਈਏ ਕਿ ਹਰ ਧਰਮ ਗ੍ਰੰਥ ਦੇ ਜਿਹੜੇ ਹਰ ਇੱਕ ਧਰਮ ਦੇ ਆਪੋ ਆਪਣੇ ਧਰਮ ਗ੍ਰੰਥ ਨੇ, ਇਹਦਾ ਮਤਲਬ ਇਹ ਧਾਰਮਿਕ ਤੌਰ ਤੇ ਰੱਬ ਦੇ ਘਰ ਦੀਆਂ ਗੱਲਾਂ ਕਰਨ ਵਾਲੇ ਬੜੇ ਗ੍ਰੰਥ ਨੇ, ਸਾਰੇ ਹੀ ਸਤਿਕਾਰਯੋਗ ਨੇ। ਪਰ ਗੁਰੂ ਕੀ ਗੋਦ 'ਚ ਬੈਠੇ ਹਾਂ ਗੁਰਮੁਖੋ, ਸਿੱਖ ਕਦੀ ਕਿਸੇ ਗ੍ਰੰਥ ਨੂੰ ਮਾੜਾ ਨਹੀਂ ਕਹਿੰਦਾ, ਸਤਿਕਾਰ ਹੈ। ਪਰ ਇਹ ਵੀ ਬਚਨ ਯਾਦ ਰੱਖਿਓ, ਇਹ ਸਿੱਖ ਬਾਣੀ ਜਦੋਂ ਪੜ੍ਹਦਾ ਹੈ ਨਾ, ਇਹ ਤੇ ਆਪਾਂ ਪੜ੍ਹਦੇ ਹਾਂ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਇਹ ਯਾਦ ਰੱਖੀਏ ਕਿ ਸਿੱਖ ਕਦੀ ਕਿਸੇ ਧਰਮ ਗ੍ਰੰਥ ਦੇ ਖਿਲਾਫ ਨਹੀਂ, ਸਾਰੇ ਸਤਿਕਾਰਯੋਗ ਨੇ। ਪਰ ਜਿੰਨੇ ਧਰਮ ਗ੍ਰੰਥ ਨੇ ਇੱਕ ਵਿਦਵਾਨ ਕਹਿੰਦਾ, ਉਹਨਾਂ 'ਚ ਰੱਬ ਦੇ ਘਰ 'ਚ ਦੇ ਬਾਰੇ ਵਿੱਚ ਚਰਚਾ ਮਿਲ ਜਾਏਗੀ, ਗਿਆਨ ਮਿਲ ਜਾਏਗਾ, ਇਹ ਰੱਬ ਏਦਾਂ ਦਾ, ਕੁਦਰਤ ਏਦਾਂ ਦੀ ਚਰਚਾ ਤੇ ਮਿਲੇਗੀ। ਪਰ ਜੇ ਰੱਬ ਨਾਲ ਗੱਲਾਂ ਕਰਨੀਆਂ ਨੇ ਨਾ, ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੁੜੋ। ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਸਿੱਧੀਆਂ ਰੱਬ ਦੇ ਨਾਲ ਗੱਲਾਂ ਹੁੰਦੀਆਂ ਨੇ, ਜਦੋਂ ਪੜ੍ਹਦੇ ਹਾਂ ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਇਹ ਸਿੱਧੀਆਂ ਰੱਬ ਨਾਲ ਗੱਲਾਂ ਹੈ, ਪਰਮੇਸ਼ਰ ਨਾਲ ਗੱਲਾਂ ਕਰਨੀਆਂ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਸਿੱਧੀਆਂ ਪਰਮੇਸ਼ਰ ਨਾਲ ਗੱਲਾਂ ਹੋਣਗੀਆਂ। ਸਾਰੇ ਧਰਮ ਗ੍ਰੰਥ ਬੜੇ ਨੇ ਦੁਨੀਆਂ ਦੇ ਵਿੱਚ, ਹਰ ਧਰਮ ਦੇ ਗ੍ਰੰਥ ਨੇ, ਕਹਿੰਦੇ ਇਹਨਾਂ ਨੂੰ ਪੜ੍ਹਨ ਵਾਲੇ ਵੀ ਕਈ ਕਰੋੜ ਹਨ, ਕਈ ਕੋਟ ਕੀਏ ਰਤਨ ਸਮੁੰਦ। ਦਾਤਾ ਜੀ ਕਹਿੰਦੇ ਸਮੁੰਦਰ ਚੋਂ ਇਕੱਲੇ 14 ਰਤਨ ਨਹੀਂ ਨਿਕਲੇ, ਇਹ ਰਤਨ ਇੰਨੇ ਨੇ ਉਹਨੇ ਗਿਣਤੀ ਨਹੀਂ ਪਾਈ ਜਾ ਸਕਦੀ, ਸਮੁੰਦਰ ਵਿੱਚ ਰਤਨ ਬੜੇ ਨੇ। ਤੇ ਚੇਤੇ ਰੱਖੀ, ਖੋਜਣ ਵਾਲਾ ਟੁੱਬੀ ਲਾ ਕੇ ਉਹਦੇ ਤੋਂ ਰਤਨ ਕੱਢ ਲੈਂਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਵੀ ਅਥਾਹ ਰਤਨਾਂ ਦੀ ਖਾਣ ਹੈ, ਜਿਹੜਾ ਸ਼ਰਧਾ ਤੇ ਭਾਵਨਾ ਨਾਲ ਬਾਣੀ ਪੜ੍ਹਦਾ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਉਹ ਬਾਣੀ ਵਿੱਚੋਂ ਅਮੋਲਕ ਖਜ਼ਾਨੇ ਪ੍ਰਾਪਤ ਕਰ ਲੈਂਦਾ। ਇਹ ਸਮੁੰਦਰ ਬੜੇ ਨੇ, ਤੇ ਸਮੁੰਦਰ ਵਿੱਚ ਇਕੱਲੇ 14 ਰਤਨ ਨਹੀਂ, ਉਹਨਾਂ ਰਤਨਾਂ ਦੀ ਵੀ ਕੀਮਤ ਗਿਣਤੀ ਨਹੀਂ ਕੀਤੀ ਜਾ ਸਕਦੀ। ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕਰੋੜਾਂ ਹੀ,
ਨਾਨਾ ਅਨੇਕਾਂ ਪ੍ਰਕਾਰ ਦੇ ਜੀਵ ਜੰਤੂ ਰੱਬ ਨੇ ਪੈਦਾ ਕੀਤੇ ਨੇ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ। ਜੇ ਨੂੰ ਬਈ ਇੱਥੇ ਬੰਦਿਆਂ ਵਾਲੀ ਵੇਖ ਲਈਏ ਨਾ, ਆਹ ਸਾਡੇ ਫਿੰਗਰ ਪ੍ਰਿੰਟ ਨੇ, ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ। ਇਹ ਕਿੱਡੀ ਕਲਾ ਹੈ ਰੱਬ ਦੀ, ਕਿੰਨੇ ਵੰਨ ਸੁਵੰਨੇ ਤਰੀਕੇ ਦੇ। ਇੱਕ ਪਰਿਵਾਰ ਦੇ ਪੰਜ ਜੀ ਹੋਣ, ਪੰਜਾਂ ਦੀ ਸ਼ਕਲ 'ਚ ਥੋੜ੍ਹਾ ਬਹੁਤ ਡਿਫਰੈਂਸ ਪਾ ਦਿੰਦਾ, ਜੁੜਵਾ ਬੱਚੇ ਵੀ ਹੋਣ, ਮਾਂ ਪਿਓ ਤਾਂ ਵੀ ਪਛਾਣ ਲੈਂਦੇ, ਆਹ ਫਰਕ ਹੈਗਾ ਦੋਨਾਂ 'ਚ। ਇੱਦਾਂ ਮਤਲਬ ਕੁਦਰਤ ਨੇ ਇੱਦਾਂ ਦੀ ਕਲਾ ਰਚੀ ਹੈ। ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸ ਹੀ ਜਿਹਾ ਉਪਾਇਆ। ਇਹ ਨਾਨਾ ਪ੍ਰਕਾਰ ਦੇ ਜੰਤ ਕਈ ਕੋਟ ਕੀਏ ਚਿਰ ਜੀਵੇ, ਕਰੋੜਾਂ ਹੀ ਐਸੇ ਨੇ, ਕਈ ਕਰੋੜ, ਜਿਨ੍ਹਾਂ ਦੀ ਉਮਰ ਬੜੀ ਲੰਮੀ। ਬਹੁਤੀ ਲੰਮੀ ਉਮਰ ਹੋਣੀ ਕੋਈ ਵੱਡੀ ਪ੍ਰਾਪਤੀ ਨਹੀਂ। ਸਤਿਗੁਰੂ ਕਹਿੰਦੇ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਫਿਰ ਜਨਮੇ ਹਰ ਸਿਓ ਸੰਗ ਨਾ ਗਿਆ। ਗੁਰੂ ਨਾਨਕ ਦੇ ਘਰ ਵੱਡੀ ਉਮਰ ਦੀ ਵਡਿਆਈ ਨਹੀਂ, ਇੱਥੇ ਇਹ ਹੈ ਕਿ ਕਿਹੜੀ ਉਮਰ ਵਿੱਚ ਪ੍ਰਾਪਤੀ ਕੀਤੀ। ਇੱਥੇ ਕਈ ਵਾਰ 100 ਸਾਲ ਦੀ ਉਮਰ ਹੋ ਗਈ, ਵਿਦਵਾਨ ਕਹਿੰਦਾ 100 ਬਰਸ ਕਾ ਜੀਨਾ ਵੀ ਬੇਕਾਰ ਕਾ ਜੀਨਾ ਹੈ, ਚੰਦ ਬਰਸ ਜੀਓ, ਕੁਛ ਕਰਕੇ ਜੀਓ। ਵੱਡੀਆਂ ਉਮਰਾਂ ਵਾਲੇ ਔਰੰਗਜ਼ੇਬ ਨੂੰ ਵੀ ਲਾਹਨਤਾਂ ਪੈਂਦੀਆਂ ਹੈ, ਤੇ ਦੂਸਰੇ ਪਾਸੇ ਬਾਲਾ ਪ੍ਰੀਤਮ ਜਿਹੜੇ ਦਰ ਤੇ ਬੈਠੇ ਆ ਨਾ, 5.25 ਸਾਲ ਦੀ ਆਰਬਲਾ 'ਚ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋ ਗਈ। ਤਾਂ ਹੀ ਤੇ ਇੱਕ ਵਿਦਵਾਨ ਲਿਖਦਾ ਹੈ, ਕਹਿੰਦੇ ਜਿਵੇਂ ਜੰਗਲ ਦੇ ਅੰਦਰ 52 ਚੰਦਨ ਛੋਟਾ ਵੀ ਹੈ, ਤੇ ਛੋਟਾ ਹੋ ਕੇ ਵੀ ਪੂਰੇ ਜੰਗਲ ਦੇ ਵਿੱਚ ਆਪਣੀ ਮਹਿਕ ਪੈਦਾ ਕਰਦਾ ਹੈ, ਹੀਰਾ ਛੋਟਾ ਹੋ ਕੇ ਵੀ ਆਪਣਾ ਮੁੱਲ ਹਜ਼ਾਰਾਂ ਲੱਖਾਂ 'ਚ ਪੈਦਾ ਕਰਦਾ ਹੈ, ਇੱਦਾਂ 5 ਸਾਲਾਂ ਦੇ ਬਾਲਾ ਪ੍ਰੀਤਮ ਸਾਰੇ ਜਗਤ ਦੇ ਦੁੱਖਾਂ ਨੂੰ ਦੂਰ ਕਰਦੇ ਨੇ। ਇਹ 5.25 ਸਾਲ ਦੀ ਆਰਬਲਾ 'ਚ ਬਖਸ਼ਿਸ਼ ਹੋਈ। ਛੋਟੇ ਸਾਹਿਬਜ਼ਾਦੇ 6 ਤੇ 8 ਸਾਲ, ਅੱਜ ਜਗਤ ਉਹਨਾਂ ਨੂੰ ਬਾਬਾ ਕਹਿੰਦਾ ਹੈ। ਵੱਡੀਆਂ ਉਮਰਾਂ ਵਾਲਿਆਂ ਨੂੰ ਲੋਕ ਭੁੱਲ ਗਏ, ਪਰ ਛੋਟੀਆਂ ਉਮਰਾਂ 'ਚ ਕਈ ਜੀਵਨ ਦੀ ਕਮਾਈ ਕਰ ਗਏ। ਇਸ ਕਰਕੇ ਸਾਹਿਬ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕਿ ਰੱਬਾ ਉਮਰਾਂ ਤੇ ਬੜਿਆਂ ਨੇ ਲੰਮੀਆਂ ਕੀਤੀਆਂ, ਪਰ ਰੱਬ ਜੀ ਤੇਰੇ ਘਰ 'ਚ ਪ੍ਰਵਾਨ ਨਹੀਂ ਹੋਏ। ਇੱਦਾਂ ਤੇਰੀ ਕੁਦਰਤ ਵਿੱਚ ਕਈ ਕੋਟ ਕੀਏ ਚਿਰ ਜੀਵੇ, ਲੰਮੀਆਂ ਉਮਰਾਂ ਵਾਲੇ ਵੀ ਕਈ ਕਰੋੜਾਂ ਸਨ। ਕਈ ਕੋਟ ਗਿਰੀ ਮੇ ਸਵਰਨ ਥੀਵੇ, ਬਹੁਤ ਸਾਰੇ ਮਾਲਕ ਜੀ ਕਈ ਕਰੋੜ ਤੋਂ ਪਰਬਤ, ਗਿਰੀ ਦਾ ਮਤਲਬ ਪਰਬਤ, ਮੇਰ ਦਾ ਮਤਲਬ ਸਭ ਤੋਂ ਉੱਚਾ ਪਰਬਤ। ਇਸੇ ਤਰ੍ਹਾਂ ਸਵਰਨ, ਸਵਰਨ ਦਾ ਅਰਥ ਸ੍ਰੇਸ਼ਟ ਵੀ ਹੁੰਦਾ ਹੈ ਤੇ ਸਵਰਨ ਦਾ ਅਰਥ ਸੋਨਾ ਵੀ ਹੁੰਦਾ ਹੈ। ਇਹਦਾ ਮਤਲਬ ਸ੍ਰੇਸ਼ਟ ਪਰਬਤ, ਜਾਂ ਇਉਂ ਕਹਿ ਲਈਏ ਰੱਬ ਦੇ ਘਰ ਦੇ ਵਿੱਚ ਸੋਨੇ ਦੀਆਂ ਵੀ ਖਾਨਾਂ ਰੱਬ ਨੇ ਪੈਦਾ ਕੀਤੀਆਂ, ਭਾਵ ਇਹਦੇ ਪਿੱਛੇ ਲੋਕ ਲੜਦੇ ਤੇ ਦੌੜਦੇ ਹੈ, ਪਰ ਰੱਬ ਦੀ ਕੁਦਰਤ ਵਿੱਚ ਇਹ ਵੀ ਬੇਅੰਤ ਪ੍ਰਮਾਤਮਾ ਨੇ ਇਹ ਚੀਜ਼ਾਂ ਪੈਦਾ ਕੀਤੀਆਂ ਹੋਈਆਂ ਹਨ। ਕਈ ਕੋਟ ਜੱਖ ਕਿੰਨਰ ਪਿਸ਼ਾਚ, ਇਹ ਜੱਖ ਕਿੰਨਰ ਤੇ ਪਿਸ਼ਾਚ ਇਹ ਦੇਵਤਿਆਂ ਦੀ ਇੱਕ ਕਿਸਮ ਹੈ। ਦੇਵਤਿਆਂ ਤੋਂ ਥੋੜ੍ਹਾ ਜਿਹਾ ਜਿਵੇਂ ਉਹਨਾਂ ਨੇ ਕੈਟੇਗਰੀਆਂ ਬਣਾਈਆਂ ਪੌਰਾਣਿਕ ਗਾਥਾਵਾਂ ਦੇ ਵਿੱਚ, ਇਸੇ ਤਰ੍ਹਾਂ ਕਿੰਨਰ ਕੁਬੇਰ ਦਾ, ਉਹਦੇ ਦਰਬਾਰ ਦਾ ਜਿਹੜਾ ਧਨ ਦਾ ਦੇਵਤਾ ਹੈ, ਉਹਦੇ ਦਰ ਘਰ ਦੇ ਰਾਗੀ ਸੀ, ਭਾਵ ਕੀਰਤਨ ਕਰਨ ਵਾਲੇ, ਗਵਈਏ ਗਾਉਣ ਵਾਲੇ, ਇਹ ਉਹਨਾਂ ਦਾ ਜ਼ਿਕਰ ਕੀਤਾ। ਪਿਸ਼ਾਚ ਇਹਦੇ ਇੱਕ ਅਰਥ ਕੀਤੇ ਨੇ, ਪਿਸ਼ਾਚ ਆਚ ਦਾ ਮਤਲਬ ਖਾਣਾ, ਪਿਸ਼ਾਚ ਮਾਸ ਖਾਣ ਵਾਲੇ, ਭਾਵ ਦੇਵਤਿਆਂ ਦੇ ਵਿੱਚ ਹੀ ਸਨ, ਪਰ ਇਹਨਾਂ ਦੇ ਕਰਮ ਕਰਕੇ ਇਹਨਾਂ ਨੂੰ ਦੇਵਤਿਆਂ ਵਿੱਚ ਨਿਖਿੱਧ ਕਰਕੇ ਮੰਨਿਆ ਗਿਆ, ਇਸ ਕਰਕੇ ਇਹਨਾਂ ਵਾਸਤੇ ਪਿਸ਼ਾਚ। ਇੱਕ ਪਾਸੇ ਧਾਰਮਿਕ ਦੁਨੀਆਂ ਵਿੱਚ ਜਿਹੜੀਆਂ ਮਨੌਤਾਂ ਸਨ ਉਹਦਾ ਜ਼ਿਕਰ ਦਾਤਾ ਜੀ ਕਰ ਰਹੇ ਨੇ, ਇਹਨੂੰ ਗਿਣਤੀ 'ਚ ਨਾ ਮੰਨਿਓ, ਉਹ ਰੱਬ ਦੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ 'ਚ, ਕਰੋੜਾਂ ਹੀ ਰੱਬ ਦੀ ਕੁਦਰਤ ਵਿੱਚ ਭੂਤ ਪ੍ਰੇਤ ਸੂਕਰ ਤੇ ਮਿਰਗਾ 'ਚ ਪੈਦਾ। ਇੱਕ ਪਾਸੇ ਦੇਵਤੇ, ਇੱਕ ਪਾਸੇ ਇਹ ਅਵਸਥਾ। ਭੂਤ, ਇਹ ਕੁਦਰਤ ਦੇ ਵਿੱਚ ਭੂਤ ਦਾ ਵਰਤ ਵੈਸੇ ਤੇ ਹੁੰਦਾ ਸਮੇਂ ਦੇ ਹਿਸਾਬ ਨਾਲ, ਭੂਤ ਕਾਲ,
ਬੀਤਿਆ ਹੋਇਆ ਸਮਾਂ, ਭੂਤ ਦਾ ਉਹ ਅਰਥ ਜਿਹੜਾ ਗੁਜ਼ਰ ਗਿਆ ਹੋਵੇ। ਦੂਸਰੇ ਪਾਸੇ ਪੰਜ ਭੂਤ ਜਿਹੜੇ ਸਾਡੀ ਕਾਇਨਾਤ ਨੂੰ ਤੇ ਸਰੀਰ ਨੂੰ ਰਚਣ ਵਾਲੇ ਨੇ, ਤੇ ਤੀਸਰੇ ਨੰਬਰ 'ਚ ਭੂਤ ਦੀ ਗੱਲ ਜਦੋਂ ਆਉਂਦੀ ਹੈ ਨਾ ਸਾਧ ਸੰਗਤ, ਭਗਤ ਕਬੀਰ ਜੀ ਦਾ ਬੜਾ ਪਿਆਰਾ ਬਚਨ ਹੈ, ਜਦੋਂ ਅਸੀਂ ਕਈ ਵਾਰ ਘਰਾਂ 'ਚ ਕਹਿੰਦੇ ਸਾਡੇ ਘਰੇ ਤੇ ਭੂਤ ਆ ਗਿਆ, ਤਾਂ ਭਗਤ ਜੀ ਕਹਿੰਦੇ ਭੂਤ ਤੇ ਆਉਣਾ ਹੀ ਨਾ, ਉਹਦਾ ਕਾਰਨ ਹੈ ਜਿਹੜਾ ਭੂਤ ਤੁਸੀਂ ਲੱਭਦੇ ਹੋ ਉਹ ਤੇ ਪਤਾ ਨਹੀਂ ਕਿਸੇ ਨੇ ਵੇਖਿਆ ਹੈ ਕਿ ਨਹੀਂ ਵੇਖਿਆ, ਮੈਂ ਤਾਂ ਨਹੀਂ ਦੇਖਿਆ ਕਿਸੇ ਨੇ, ਖੋ ਸਕਦਾ ਖੋਜ ਵੱਧ ਹੋਵੇ, ਅਵਸਥਾ ਉੱਚੀ ਹੋਵੇ, ਉਹਨਾਂ ਨੂੰ ਪਤਾ ਲੱਗਾ ਹੋਵੇ। ਪਰ ਸਤਿਗੁਰੂ ਇਹ ਬਾਣੀ 'ਚ ਕਹਿੰਦੇ ਆਹ ਭੂਤਾਂ ਦਾ ਤੇ ਪ੍ਰਤੱਖ ਪਤਾ ਹੈ, ਉਹ ਕਿਹੜੇ ਭੂਤ ਨੇ? ਕਹਿੰਦੇ ਜਿਨ੍ਹਾਂ ਘਰਾਂ ਵਿੱਚ ਕਦੀ ਗੁਰੂ ਦਾ ਨਾਂ ਨਹੀਂ ਨਾ ਜਪਿਆ ਗਿਆ, ਗੁਰੂ ਦੀ ਸੇਵਾ ਨਹੀਂ ਕੀਤੀ ਤੇ ਰੱਬ ਦੀ ਸੇਵਾ ਨਹੀਂ ਕੀਤੀ, ਗੁਰੂ ਦੇ ਉਪਦੇਸ਼ ਨੂੰ ਕਮਾਇਆ ਨਹੀਂ ਤੇ ਰੱਬ ਦੀ ਸੇਵਾ ਨਹੀਂ, ਕਹਿੰਦੇ ਉਹ ਘਰ ਥੋੜ੍ਹੀ ਹੈ, ਕਬਰਸਤਾਨ ਹੈ ਤੇ ਕਬਰਸਤਾਨ 'ਚ ਤੇ ਭੂਤ ਰਹਿੰਦੇ। ਕਬੀਰ ਜਾਂ ਕਰ ਸਾਧਨਾ ਸੇਵੀਆਂ ਹਰ ਕੀ ਸੇਵਾ ਨਾਹੀਂ, ਤੇ ਘਰ ਮਰ ਹਟ ਸਾਰਖੇ ਭੂਤ ਬਸੈ ਤਿੰਨ ਮਾਹੇ। ਕਹਿੰਦੇ ਅਸਲ ਵਿੱਚ ਜਿਨ੍ਹਾਂ ਘਰਾਂ ਵਿੱਚ ਗੁਰੂ ਦੀ ਸਿੱਖਿਆ ਨੂੰ ਕਮਾਈ ਨਹੀਂ ਕੀਤੀ ਤੇ ਰੱਬ ਦੀ ਸੇਵਾ ਨਹੀਂ ਕੀਤੀ, ਰੱਬ ਕੋਈ ਮੂਰਤੀ ਬਣਾ ਕੇ ਨਹੀਂ ਘਰ 'ਚ ਰੱਖਣਾ, ਰੱਬ ਕੀ ਹੈ? ਆ ਜਦੋਂ ਗ੍ਰਸਤ ਜੀਵਨ ਵਿੱਚ ਲਾਵਾਂ ਦਾ ਪਾਠ ਹੁੰਦਾ ਹੈ ਨਾ, ਤੇ ਉੱਥੇ ਸਾਹਿਬ ਦੀ ਦੂਜੀ ਲਾਂ ਕਹਿੰਦੀ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਹਿਆ ਭਰਪੂਰੇ। ਸਾਰਿਆਂ ਵਿੱਚ ਰੱਬ ਵੱਸਦਾ ਹੈ, ਪਤੀ ਨੂੰ ਪਤਨੀ 'ਚ, ਪਤਨੀ ਨੂੰ ਪਤੀ 'ਚ ਰੱਬ ਨਜ਼ਰ ਆਵੇ, ਸੱਸ ਨੂੰ ਨੂੰਹ ਤੇ ਨੂੰਹ ਨੂੰ ਸੱਸ ਵਿੱਚ ਰੱਬ ਨਜ਼ਰ ਆਵੇ। ਜਦੋਂ ਘਰ ਦੇ ਜੀਆਂ 'ਚ ਰੱਬ ਨਜ਼ਰ ਆਉਣ ਲੱਗ ਪਿਆ ਨਾ, ਇੱਕ ਦੂਜੇ ਦੀ ਸੇਵਾ ਸਤਿਕਾਰ ਹੋਣ ਲੱਗ ਪਏ, ਉਹ ਘਰ ਸਵਰਗ ਬਣ ਜਾਂਦਾ ਹੈ। ਤੇ ਜਦੋਂ ਜੀਆਂ ਦਾ ਸਤਿਕਾਰ ਨਹੀਂ, ਇੱਕ ਦੂਜੇ ਦੇ ਰਿਸ਼ਤਿਆਂ ਦੀ ਕਦਰ ਨਹੀਂ, ਫਿਰ ਉਹ ਘਰ ਥੋੜ੍ਹੀ ਹੈ, ਉਹ ਤੇ ਭੂਤ ਹੀ ਬਣੇ ਹੋਏ ਨੇ ਨਾ। ਇਹ ਸਤਿਗੁਰੂ ਕਹਿੰਦੇ ਕਈ ਇਹੋ ਜਿਹੀਆਂ ਅਵਸਥਾਵਾਂ ਨੇ, ਕਈ ਕੋਟ ਭੂਤ ਪ੍ਰੇਤ, ਪ੍ਰੇਤ ਵੀ ਜਿਹੜਾ ਗੁਜ਼ਰ ਗਿਆ ਹੋਵੇ ਇੱਕ ਅਵਸਥਾ ਹੈ, ਪਰ ਕੱਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਕਲਯੁਗ 'ਚ ਪ੍ਰੇਤ ਉਹ ਨੇ ਸੰਸਾਰ 'ਚ ਜਿਹੜੇ ਰੱਬ ਤੋਂ ਟੁੱਟੇ ਨੇ। ਸੂਕਰ ਮਿਰਗਾ 'ਚ, ਸੂਕਰ ਸੂਰ ਨੂੰ ਕਿਹਾ, ਗੰਦਗੀ ਖਾਂਦਾ ਹੈ, ਬੱਚੇ ਪੈਦਾ ਕਰਦਾ, ਇੱਦਾਂ ਸੰਸਾਰ 'ਚ ਇੱਕ ਬਿਰਤੀ ਵੀ ਹੈ, ਭ੍ਰਿਸ਼ਟਾਚਾਰ ਰਿਸ਼ਵਤਖੋਰੀ ਦੀ ਕਮਾਈ ਖਾਂਦੇ ਹੈ, ਪਰਿਵਾਰ ਵੱਧਦਾ ਹੈ ਪਾਲਦੇ ਨੇ, ਉਹ ਵੀ ਸੂਕਰ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ। ਮਿਰਗਾ 'ਚ, ਮਿਰਗਾਂ ਨੂੰ ਮਾਰ ਕੇ ਖਾਣ ਵਾਲਾ ਸ਼ੇਰ, ਇਸ ਤਰ੍ਹਾਂ ਦੀ ਇਹ ਰਾਜਸੀ ਬਿਰਤੀ ਵਾਲੇ ਵੀ ਸੰਸਾਰ ਦੇ ਵਿੱਚ ਬੜੇ ਰੱਬ ਨੇ ਪੈਦਾ ਕੀਤੇ ਹਨ। ਪਰ ਅਖੀਰ 'ਚ ਸਾਹਿਬ ਇਸ ਚੌਥੇ ਪਦੇ 'ਚ ਬਖਸ਼ਿਸ਼ ਕਰ ਰਹੇ ਨੇ, ਭਲਿਆ ਕਿਸੇ ਨਾਲ ਨਫ਼ਰਤ ਨਾ ਕਰੀ, ਕਿਸੇ ਕਿਤੇ ਆਪਣੇ ਅੰਦਰ ਮਾਣ ਨਾ ਕਰੀ, ਇੱਕ ਵਡਿਆਈਆਂ ਰੱਬ ਦੀਆਂ ਸਭ ਤੇ ਨੇੜੇ, ਸਭ ਹੂੰ ਤੇ ਦੂਰ, ਰੱਬ ਸਾਰਿਆਂ ਤੋਂ ਨੇੜੇ ਹੈ, ਹੱਥ ਤੋਂ ਵੀ ਨੇੜੇ ਹੈ, ਕਹਿ ਰਵਿਦਾਸ ਹੱਥ ਪੈ ਨੇੜੇ, ਪਰ ਜਿਹੜੇ ਭੁੱਲ ਗਏ ਨੇ ਨਾ ਉਹਨਾਂ ਵਾਸਤੇ ਰੱਬ ਬੜਾ ਦੂਰ ਹੈ, ਨੇੜੇ ਵੀ ਹੈ ਤੇ ਦੂਰ ਵੀ ਹੈ, ਕਿਉਂਕਿ ਸਾਰੀਆਂ ਥਾਵਾਂ ਤੇ ਉਹ ਵਸਿਆ ਹੈ, ਉਸੇ ਦਾ ਪਸਾਰਾ ਹੈ। ਸਭ ਤੇ ਨੇੜੇ, ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਜਿਵੇਂ ਸੂਰਜ ਦੂਰ ਹੋ ਕੇ ਵੀ ਨੇੜੇ ਹੈ, ਉਹਦੀਆਂ ਕਿਰਨਾਂ ਗੰਦਗੀ ਤੇ ਵੀ ਪੈਂਦੀਆਂ ਨੇ, ਫੁੱਲਾਂ ਤੇ ਵੀ ਪੈਂਦੀਆਂ, ਨਿਰਲੇਪ ਰਹਿੰਦੀਆਂ ਨੇ, ਇੱਦਾਂ ਰੱਬ ਭਲੇ ਬੁਰੇ ਸਾਰਿਆਂ 'ਚ ਵਸ ਕੇ ਵੀ, ਸੱਤਾ ਸਾਰਿਆਂ ਵਿੱਚ ਉਸ ਰੱਬ ਦੀ ਹੈ, ਪਰ ਸਾਰਿਆਂ ਤੋਂ ਉਹ ਨਿਰੰਜਨ ਤੇ ਨਿਰਲੇਪ ਹੈ। ਫਿਰ ਪੰਜਵੇਂ ਪਦੇ 'ਚ ਦਾਤਾ ਜੀ ਬਖਸ਼ਿਸ਼ ਕਰਦੇ ਹਨ, ਕਈ ਕੋਟ ਪਾਤਾਲ ਕੇ ਵਾਸੀ, ਆ ਧਰਤੀ ਦੇ ਹੇਠਾਂ ਪੁੱਟਾਂਗੇ ਧਰਤੀ ਨੂੰ ਕਿੰਨੇ ਜੀਵ ਨਿਕਲਦੇ ਨੇ, ਉਹਨਾਂ ਦੀ ਵੀ ਗਿਣਤੀ ਨੇ, ਕਰੋੜਾਂ ਹਨ। ਕਈ ਕੋਟ ਨਰਕ ਸੁਰਗ ਨਿਵਾਸੀ, ਇਹ ਸੁੱਖ ਦੁੱਖ ਵਿੱਚ ਜ਼ਿੰਦਗੀ ਜੀਣ ਵਾਲੇ। ਅਸਲ ਨਰਕ ਉਹ ਹੈ ਜਿਹੜਾ ਰੱਬ ਨੂੰ ਭੁੱਲ ਗਿਆ, ਕੌਤਕ ਕੋੜ ਤਮਾਸ਼ਿਆਂ ਚੇਤਨਾ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਂ। ਸੁੱਖ ਸਾਰੇ ਹੋਣ ਦੇ ਬਾਵਜੂਦ ਵੀ ਰੱਬ ਨਹੀਂ ਨਾ ਚੇਤੇ, ਉਹ ਤੇ ਕਰੋੜਾਂ ਨਰਕਾਂ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ। ਤੇ ਦੂਸਰੇ ਪਾਸੇ ਕੋਲ ਕੁੱਝ ਨਾ ਹੋਵੇ,
ਸਾਹਿਬ ਕਹਿੰਦੇ ਤਾਂ ਬੈਕੁੰਠ ਜੈ ਕੀਰਤਨ ਤੇਰਾ, ਜਿੱਥੇ ਰੱਬ ਦੀਆਂ ਸਿਫਤਾਂ ਆਉਣ ਉਹ ਘਰ ਵੀ ਸਵਰਗ ਬਣ ਜਾਂਦਾ ਹੈ, ਉਹ ਥਾਂ ਬੈਕੁੰਠ ਬਣ ਜਾਂਦਾ। ਸੁੱਖ ਦੇ ਦੁੱਖ ਦੇ ਵਿੱਚ ਜ਼ਿੰਦਗੀ ਬਤੀਤ ਕਰਨ ਵਾਲੇ ਵੀ ਇੱਦਾਂ ਦੇ ਬੜੇ ਰੱਬ ਨੇ, ਨਰਕ ਸੁਰਗ ਦੇ ਵਾਸੀ ਕੀਤੇ ਹਨ। ਕਈ ਕੋਟ ਜਨਮੇ ਜੀਵੇ ਮਰੇ, ਕਈ ਜਨਮ ਲੈ ਰਹੇ ਨੇ, ਜ਼ਿੰਦਗੀ ਦੇ ਸਵਾਸ ਕਈਆਂ ਦੇ ਚੱਲ ਰਹੇ ਨੇ, ਜੀ ਰਹੇ ਨੇ, ਅਤੇ ਕਈ ਮਰ ਰਹੇ ਨੇ। ਇਹ ਖੇਡ ਹੈ, ਜਿਵੇਂ ਪਾਣੀ ਦਾ ਵੇਗ ਚੱਲਦਾ ਇੱਕ ਪਾਸੇ ਆਉਂਦਾ ਵਧੀ ਜਾਂਦਾ ਹੈ, ਇੱਦਾਂ ਜੰਮਣ ਮਰਨ ਦੀ ਕਿਰਿਆ ਜਿਵੇਂ ਹਰ ਹੱਟ ਦੀ ਮਾਲਾ ਹੁੰਦੀ ਹੈ ਨਾ ਖੂਹ ਦੇ ਅੰਦਰ ਟਿੰਡਾਂ, ਇੱਦਾਂ ਰੱਬ ਦੀ ਖੇਡ ਚੱਲ ਰਹੀ ਹੈ। ਕੋਈ ਜੰਮਦਾ ਹੈ, ਕੋਈ ਮਰਦਾ ਹੈ, ਕੋਈ ਸੀਵਨ ਦੇ ਵਿੱਚ ਸਵਾਸ ਲੈ ਰਿਹਾ ਹੈ। ਕਈ ਕੋਟ ਬਹੁ ਜੋਨੀ ਫਿਰੇ, ਕਰੋੜਾਂ ਹੀ ਕਈ ਕਰੋੜ ਨੇ ਵੱਖ ਵੱਖ ਜੂਨਾਂ 'ਚ ਭਟਕ ਰਹੇ ਨੇ। ਅਸੀਂ ਕਹਿ ਦਿਆਂਗੇ ਮਰਨ ਤੋਂ ਬਾਅਦ ਕਈ ਜੂਨਾਂ ਨੇ, ਪਰ ਸਤਿਗੁਰੂ ਕਹਿੰਦੇ ਮਰਨ ਤੋਂ ਬਾਅਦ ਦਾ ਤੇ ਸਾਨੂੰ ਨਹੀਂ ਪਤਾ, ਤੇ ਗੁਰੂ ਜਾਣੇ, ਪਰਮੇਸ਼ਰ ਜਾਣੇ, ਪਰ ਜਿਉਂਦਿਆਂ ਜੀ ਵੀ ਜਿਹੜੇ ਗੁਰੂ ਦੀ ਸਿੱਖਿਆ ਤੋਂ ਟੁੱਟੇ ਨੇ ਨਾ, ਗੁਰਮੰਤਰਹੀਣ ਅਸੇ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟਣੇ, ਕੂਕਰੇ ਸੂਕਰੇ ਗਰਤ ਬੈ ਕਾਕੇ ਸਰਪ ਨੇ ਤੁਲ ਖਲੇ, ਉਹ ਕਰਤੂਤ ਪਸ਼ੂ ਕੀ ਮਾਨਸ ਜਾਤ, ਉਹ ਅੱਜ ਵੀ ਕਈ ਵੰਨ ਸਵੰਨੀਆਂ ਜੂਨਾਂ ਵਿੱਚ ਭਟਕ ਰਹੇ ਹਨ। ਕਈ ਕੋਟ ਬਹੁ ਜੋਨੀ ਫਿਰ ਹੈ, ਕਰੋੜਾਂ ਹੀ ਐਸੇ ਨੇ ਵੱਖ ਵੱਖ ਜੂਨਾਂ ਵਿੱਚ ਭਟਕ ਰਹੇ। ਕਈ ਕੋਟ ਬੈਠਤ ਹੀ ਖਾਂਹੇ, ਕਈ ਕਰੋੜ ਨੇ ਬਹਿ ਕੇ ਖਾਂਦੇ ਨੇ। ਆਪਾਂ ਜਦੋਂ ਬਚਪਨ ਵਿੱਚ ਸੀ ਨਾ ਸਾਧ ਸੰਗਤ, ਮਾਪੇ ਸਾਨੂੰ ਬਿਠਾ ਕੇ ਖਵਾਉਂਦੇ ਸੀ, ਉਮਰਾਂ ਵੱਡੀਆਂ ਹੋ ਗਈਆਂ, ਹੁਣ ਸਾਡਾ ਫਰਜ਼ ਹੈ ਮਾਪਿਆਂ ਨੂੰ ਬਿਠਾ ਕੇ ਖਾਈਏ। ਇਹ ਰੱਬ ਨੇ ਕਲਾ ਵਰਤਾਈ, ਪਰ ਉਹ ਕਿਰਤ ਕਰਨ ਹੋਏਗਾ ਬਚਪਨ ਵਿੱਚ ਮਾਪਿਆਂ ਕੋਲ ਤੇ ਸੇਵਾ ਕਰਾ ਲਈ, ਬਹਿ ਕੇ ਖਾਂਦਾ ਰਿਹਾ। ਪਰ ਜਦੋਂ ਮਾਪਿਆਂ ਦੀ ਸੇਵਾ ਕਰਨ ਦੀ ਵਾਰੀ ਆਈ, ਉਦੋਂ ਨੂੰਹ ਨਿਤ ਮੰਤ ਕੁਮੰਤ ਦੇ ਮਾਂ ਪਿਓ ਛੱਡ ਵੱਡੇ ਹਥਿਆਰੇ ਭਟਕ ਗਿਆ, ਉਹ ਵੀ ਅਕਿਰਤਕਣਾਂ ਦਾ ਭਾਰ, ਧਰਤੀ ਨਹੀਂ ਚੱਲਦੀ। ਇਹ ਵੀ ਕਲਾ ਹੈ, ਕਈ ਕੋਟ ਬੈਠਤ ਹੀ ਖਾਂਹੇ, ਕਈ ਕੋਟ ਘਾਲੈ ਥੱਕ ਪਾਹੇ। ਕਈ ਕਰੋੜ ਨੇ ਦਿਨ ਰਾਤ ਘਾਲਣਾ ਘਾਲਦੇ ਨੇ, ਇੱਕ ਨਿਹਾਲੀ ਪੈ ਸਮਨੇ ਕੂਪਰ ਰਹਿਣ ਖੜੇ, ਪਰ ਖੇਡ ਰੱਬ ਦੀ ਹੈ ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਕਈ ਕੋਟ ਕੀਏ ਧਨਵੰਤ, ਕਈਆਂ ਨੂੰ ਧਨ ਪਦਾਰਥ ਮਾਲਕ ਨੇ ਬਖਸ਼ੇ ਨੇ। ਕਈ ਕੋਟ ਮਾਇਆ ਮੈਂ ਚਿੰਤ, ਕਈ ਸਾਰੀ ਜ਼ਿੰਦਗੀ ਹਾਏ ਮਾਇਆ ਦੀਆਂ ਸੋਚਾਂ ਵਿੱਚ, ਚਿੰਤਾ ਵਿੱਚ ਹੀ ਗਲਤਾਨ ਰਹਿੰਦੇ ਨੇ। ਇਹ ਯਾਦ ਹੀ ਨਹੀਂ ਰਹਿੰਦਾ ਕਿ ਮਾਲਕ ਨੇ ਜਿਹਨੇ ਪੈਦਾ ਕੀਤਾ ਹੈ ਉਹਨੂੰ ਫਿਕਰ ਹੈ, ਸੰਸਾਰ ਵਿੱਚ ਜੰਮਣ ਤੋਂ ਪਹਿਲਾਂ ਰਿਜਕ ਪਹੁੰਚਾਇਆ ਹੈ, ਤੂੰ ਕਿਉਂ ਭੁੱਲ ਗਿਆ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਕਾਹੇ ਰੇ ਮਨ ਚਿਤਵੇਂ ਉਦਮ ਜਾਂ ਆਹਰ, ਹਰ ਜੀਉ ਪਰਿਆ ਜਿਸ ਪਰਮਾਤਮਾ ਨੇ ਸੈਲ ਪੱਥਰ ਮੈਂ ਜੰਤੂ ਪਾਏ। ਪੱਥਰਾਂ 'ਚ ਵੀ ਰਿਜਕ ਪੈਦਾ ਕੀਤਾ, ਤੂੰ ਉਹਦੀ ਚਿੰਤਾ ਕਰ ਰਿਹਾ ਰਿਜਕ ਦੀ, ਚਿੰਤਾ ਛੱਡ ਅਚਿੰਤ ਹੋ ਜਾ। ਇਹ ਯਾਦ ਰੱਖੀ, ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਆ ਗੁਰੂ ਨੇ ਜੁਗਤੀ ਦੱਸੀ, ਕਿਰਤ ਕਰ ਨਾਮ ਜਪ ਵੰਡ ਕੇ ਸ਼ੱਕ, ਚਿੰਤਾ ਦੀ ਥਾਂ ਰੱਬ ਦਾ ਚਿੰਤਨ ਕਰਿਆ ਕਰ। ਪਰ ਜਿਹੜਾ ਰੱਬ ਨੂੰ ਭੁੱਲਿਆ ਹੈ ਉਹਨਾਂ ਦੀ ਅਵਸਥਾ ਹੈ ਕਈ ਕੋਟ ਮਾਇਆ ਮਹਿ ਚਿੰਤ, ਉਹ ਮਾਇਆ ਦੀ ਚਿੰਤਾ ਵਿੱਚ ਗਲਤਾਨ ਹੈ। ਤੇ ਅਖੀਰ 'ਚ ਸਾਹਿਬ ਕਹਿੰਦੇ ਹੁਣ ਜੈ ਜੈ ਭਾਣਾ ਤਹਿ ਤਹਿ ਰਾਖੇ, ਸਾਰੇ ਜਪੀਏ, ਜੈ ਜੈ ਭਾਣਾ ਤਹਿ ਤਹਿ ਰਾਖੇ, ਜਿੱਥੇ ਰੱਬ ਦੀ ਰਜਾ ਹੈ ਨਾ, ਭਾਉਂਦਾ ਹੈ ਰੱਬ ਨੂੰ, ਉੱਥੇ ਉੱਥੇ ਰੱਖਦਾ ਹੈ। ਕਈਆਂ ਨੂੰ ਰੱਬ ਨੇ ਰਜਾਈਆਂ ਦੇ ਕੇ ਸਵਾਇਆ, ਕਈ ਪਹਿਰੇਦਾਰ ਬਣਾਏ, ਇੱਕ ਚੁਬਾਰੇ ਦੀ ਇੱਟ ਬਣਾਈ ਇੱਕ ਨੀਂਹ ਦੀ, ਤੇ ਚੁਬਾਰੇ ਦੀ ਇੱਟ ਮਾਣ ਕਰੇ ਮੈਂ ਬੜੀ ਉੱਚੀ, ਤੇ ਥੱਲੇ ਵਾਲੀ ਪਾਸੇ ਹੋ ਜੇ ਮੁੱਦੜੇ ਮੁੱਢ ਗਏ। ਇਹ ਕੁਦਰਤ ਦੀ ਕਲਾ ਹੈ, ਜੇ ਕਿਸੇ ਨੂੰ ਮਾਣ ਮਿਲਿਆ ਹੈ, ਸਤਿਕਾਰ ਮਿਲਿਆ ਹੈ, ਇਹ ਰੱਬ ਦਾ ਸ਼ੁਕਰ ਕਰੀਏ, ਤੂੰ ਵਡਿਆਈਆਂ ਦਿੱਤੀਆਂ ਹੋਈਆਂ ਨੇ ਉਹਨੂੰ ਭੁੱਲੀਏ ਨਹੀਂ। ਜੈ ਜੈ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ, ਨਾਨਕ ਸਭ ਕਿਛ, ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਆਹ ਬਚਨ ਹੁਣ ਪੱਲੇ ਨਾਲ ਬਾਲਿਓ, ਰੱਬ ਤੋਂ ਇਲਾਵਾ ਕਿਸੇ ਦੇ ਹੱਥ ਨਹੀਂ, ਐਵੇਂ ਨਾ ਹੱਥ ਵਿਖਾਉਂਦੇ ਫਿਰੀਏ ਕਿਸੇ ਨੂੰ।
ਕਿਸੇ ਦੇ ਮਗਰ ਨਾ ਭੱਜੀਏ। ਸਭ ਕੁਝ ਹੱਥ ਰੱਬ ਦੇ ਹੈ, ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ। ਇਸ ਕਰਕੇ ਦੁਨੀਆਂ ਦੇ ਦਰ ਤੇ ਭਟਕਣ ਦੀ ਥਾਂ ਇੱਕ ਮਾਲਕ ਦੇ ਸ਼ਰਨਾਂ ਵਿੱਚ ਪਈਏ, ਜਿਹਨੇ ਕੁਦਰਤ ਨੂੰ ਸਾਜਿਆ ਬਣਾਇਆ ਤੇ ਰਚਿਆ ਹੈ ਨਾ। ਇਸ ਕਰਕੇ ਕੋਈ ਲੋੜ ਹੋ ਜੇ ਨਿਮਾਣੇ ਬਣ ਕੇ ਉਹਦੀ ਸ਼ਰਨ ਵਿੱਚ ਆ ਜਾਈਏ। ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਕਹਿ ਦਈਏ ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਰ। ਗੱਲ ਹੈ ਸਮਰਪਣ ਦੀ। ਸਮੁੰਦਰ ਦਾ ਅੰਤ ਨਹੀਂ ਪਾਇਆ ਜਾ ਸਕਦਾ, ਸਮੁੰਦਰ ਨੂੰ ਭਾਂਡੇ ਚ ਨਹੀਂ ਪਾਇਆ ਜਾ ਸਕਦਾ, ਪਰ ਭਾਂਡੇ ਨੂੰ ਸਮੁੰਦਰ ਚ ਸੁੱਟ ਦੀਏ, ਭਾਂਡੇ ਨੂੰ ਤੂੰ ਆਪਣੇ ਚ ਲੀਨ ਕਰ ਸਕਦਾ। ਏਦਾਂ ਰੱਬ ਦੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਆਪਣੇ ਆਪ ਨੂੰ ਤੇ ਉਹਦੇ ਅੱਗੇ ਸਮਰਪਿਤ ਕੀਤਾ ਜਾ ਸਕਦਾ ਹੈ। ਇਹ ਕਹਿ ਕੇ ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਆ ਕੁਦਰਤ ਦੀ ਤੇ ਕੁਦਰਤ ਦੇ ਕਾਦਰ ਦੀ ਸਿਫਤ ਕਰਦਿਆਂ ਸਾਡੇ ਅੰਦਰ ਭਾਵਨਾ ਸਮਰਪਣ ਦੀ ਬਣ ਜਾਏ। ਜਦੋਂ ਆਪਣਾ ਆਪਾ ਸਮਰਪਿਤ ਕਰਕੇ ਗੁਰੂ ਦੇ ਚਰਨਾਂ ਚ ਅਭੇਦ ਹੋਵਾਂਗੇ ਨਾ, ਫਿਰ ਰੱਬ ਆਪਣੇ ਵਰਗਾ ਬਣਾ ਲਏਗਾ ਤੇ ਦਸਵੇਂ ਪਾਤਸ਼ਾਹ ਦੇ ਬਚਨ ਸਾਡੇ ਜੀਵਨ ਵਿੱਚੋਂ ਪ੍ਰਗਟ ਹੋਣਗੇ ਤੇ ਆਪ ਪਾਤਸ਼ਾਹ ਕਹਿਣਗੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾ। ਜਹ ਜੈ ਭਾਣਾ ਤੈ ਤੈ ਰੱਖ। ਜਿਹੜੇ ਭਾਣੇ ਚ ਰਹਿੰਦੇ ਨੇ ਉਹ ਇੱਕ ਮਿਕ ਹੋ ਜਾਂਦੇ। ਦਾਤਾ ਰਹਿਮਤ ਕਰੇ। ਤਿੰਨ ਪਦਿਆਂ ਦੀ ਇਹਨਾਂ ਤਿੰਨ ਅੰਕਾਂ ਤੱਕ ਦਸਵੀਂ ਅਸ਼ਟਪਦੀ ਚੋਂ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਅਣਜਾਣ ਸਮਝ ਕੇ। ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਿਓ, ਦਾਤਾ ਭੁੱਲਾਂ ਬਖਸ਼ ਦੇਣ, ਗੁਰਮਤਿ ਦੀ ਸੋਝੀ ਬਖਸ਼ਣ। ਸਾਰੀ ਸੰਗਤ ਦਾ ਧੰਨਵਾਦ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਜੀ ਕਾਲਕਾ, ਜਨਰਲ ਸਕੱਤਰ ਸਰਦਾਰ ਹਰਦੀਪ ਸਿੰਘ ਜੀ ਕਾਲੋਂ, ਨਾਲ ਬਹੁਤ ਸਤਿਕਾਰਯੋਗ ਚੇਅਰਮੈਨ ਸਾਹਿਬ ਸਰਦਾਰ ਜਸਪ੍ਰੀਤ ਸਿੰਘ ਜੀ ਕਰਮਸਰ, ਇਸ ਪਾਵਨ ਦਰਬਾਰ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦਾ ਧੰਨਵਾਦ, ਆਪ ਸੰਗਤ ਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ। ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ। ਆ ਦੋ ਪੰਕਤੀਆਂ ਪੜ੍ਹ ਕੇ ਫਿਰ ਫਤਿਹ ਨਾਲ ਸਾਂਝ ਪਾਈਏ ਜੀ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।